بسم الله الرحمن الرحيم وإذ قال عيسى ابن مريم يا بني إسرائيل يا بني إسرائيل إني رسول الله إليكم مصدقا لما بين يدي من التوراة ومبشرا برسول يأتي بعد اسمه أحمد فلما جاءهم بالبينات قالوا هذا سر واجب الاحترام سامعین محترم اللہ احکم الحاکمین دی حمد و ثنا دیبا بے شمار لا تعداد درود و سلام امام الانبیاء جناب محمد رسول اللہ صلی اللہ علیہ وسلم دی ذات گرامی تے جس مقام زی شان میں اس وقت تلاوت کیتا ہے یہ مقام عالی شان اللہ مالک الالام ذل جلال والاکرام دی عظیم الشان اور عظیم البرکت کتاب دا 28 پارہ سپارے دا رکوع 9 سورت دا نام سورہ صف سورت دا رکوع 1 کم و بیش ایک 124,000 انبیاء و رسل اس دنیا تے تشریف لے آئے نے ਇਹਦੇ ਅੰਦਰ ਕੋਈ ਸ਼ੱਕ ਨਹੀਂ ਕਿ ਸਾਰੇ ਨਬੀ ਬੜੀਆਂ ਅਜ਼ਮਤਾਂ ਵਾਲੇ ਬੜੀਆਂ ਸ਼ਾਨਾਂ ਵਾਲੇ
ਬੜੇ ਆਲਾ ਮੁਕਾਮ ਵਾਲੇ ਔਰ ਉਹਦੀ ਵਜ੍ਹਾ ਇਹ ਵੇ ਕਿ ਜਿਤਨੀ ਔਲਾਦ ਆਦਮ ਹੈ ਰੱਬੁਲ ਆਲਮੀਨ ਨੇ ਆਦਮ ਅਲੈਹਿ ਸਲਾਮ ਦੀ ਪੁਸ਼ਤ 'ਤੇ ਆਪਣੀ ਰਹਿਮਤ ਵਾਲਾ ਹੱਥ ਰੱਖਿਆ ਔਰ ਕਿਆਮਤ ਤੱਕ ਜਿੰਨੇ ਇਨਸਾਨ ਪੈਦਾ ਹੋਣੇ ਸਨ ਉਹਨਾਂ ਰੂਹਾਂ ਨੂੰ ਅੱਲਾਹ ਨੇ ਇਕੱਠਿਆਂ ਫਰਮਾ ਲਿਆ। ਕਿੰਨੇ ਕੋਈ ਇਨਸਾਨ ਨੇ ਗਿਣਤੀ ਕਮ ਅਜ਼ ਕਮ ਸਾਡੀ ਗਿਣਤੀ 'ਚ ਤਾਂ ਨਹੀਂ ਆ ਸਕਦੇ। ਅੱਜ ਤੋਂ ਹਜ਼ਾਰਾਂ ਬਲਕਿ ਕਰੋੜਾਂ ਸਾਲ ਪਹਿਲੇ ਪਤਾ ਨਹੀਂ ਕਦੋਂ ਤੋਂ ਅੱਲਾਹ ਨੇ ਇਨਸਾਨੀਅਤ ਦੀ ਪੈਦਾਇਸ਼ ਦਾ ਸਿਲਸਿਲਾ ਜਾਰੀ ਫਰਮਾਇਆ ਅਤੇ ਪਤਾ ਨਹੀਂ ਅਜੇ ਕਦੋਂ ਜਾ ਕੇ ਕਿਤੇ ਕਿਆਮਤ ਆਉਣੀ ਹੈ। ਹਾਲਾਂਕਿ ਨਬੀ ਅਲੈਹਿ ਸਲਾਤੁ ਵਸਲਾਮ ਨੇ ਨਾ ਇੰਜ ਦੋ ਉਂਗਲਾਂ ਦਾ ਇਸ਼ਾਰਾ ਫਰਮਾਇਆ ਸੀ, ਫਰਮਾਇਆ ਮੈਂ ਔਰ ਕਿਆਮਤ ਅੱਗੇ ਪਿੱਛੇ ਹਾਂ, ਯਾਨੀ ਬਿਲਕੁਲ ਕਰੀਬ ਹੈ। ਅਤੇ 1450 ਸਾਲ ਗੁਜ਼ਰ ਗਏ ਨੇ, ਅਜੇ ਪਤਾ ਨਹੀਂ ਕਦੋਂ ਆਉਣੀ ਹੈ ਅਤੇ ਕਿੰਨੇ ਇਨਸਾਨ ਪੈਦਾ ਹੋ ਚੁੱਕੇ ਨੇ ਅਤੇ ਕਿੰਨੇ ਅਜੇ ਪੈਦਾ ਹੋਣੇ ਨੇ। ਸਾਰੀਆਂ ਰੂਹਾਂ ਨੂੰ ਅੱਲਾਹ ਨੇ ਇਕੱਠਿਆਂ ਫਰਮਾਇਆ ਔਰ ਉਹਨਾਂ ਸਾਰੀਆਂ ਰੂਹਾਂ 'ਚੋਂ ਰੱਬੁਲ ਆਲਮੀਨ ਨੇ 1,24,000 ਜਾਂ ਇਸ ਤੋਂ ਥੋੜ੍ਹਾ ਬਹੁਤਾ ਕਮੋ ਬੇਸ਼ ਅੱਲਾਹ ਨੇ ਨਬੀਆਂ ਰਸੂਲਾਂ ਦਾ ਇੰਤਖਾਬ ਫਰਮਾਇਆ। ਤੁਸੀਂ ਅੰਦਾਜ਼ਾ ਕਰੋ, ਅਰਬਾਂ ਖਰਬਾਂ ਇਨਸਾਨਾਂ 'ਚੋਂ 1,25,000,000 ਰੱਬੁਲ ਆਲਮੀਨ ਨੇ ਐਸੇ ਆਪਣੇ ਪਿਆਰਿਆਂ ਦਾ ਇੰਤਖਾਬ ਫਰਮਾਇਆ ਜਿਨ੍ਹਾਂ ਨੂੰ ਨਬੀ ਕਿਹਾ ਜਾਂਦਾ, ਰਸੂਲ ਕਿਹਾ ਜਾਂਦਾ। ਔਰ ਫਿਰ ਇਸ 1,25,000,000 ਵਿੱਚੋਂ ਰੱਬੁਲ ਆਲਮੀਨ ਨੇ ਇੱਕ ਹਸਤੀ ਦਾ ਇੰਤਖਾਬ ਫਰਮਾਇਆ ਜਿਹਦਾ ਨਾਮ ਹੈ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਰੱਬੁਲ ਆਲਮੀਨ ਨੇ ਉਸ ਮਹਿਬੂਬ ਅਲੈਹਿ ਸਲਾਮ ਨੂੰ ਇਹ ਸ਼ਰਫ ਅਤੇ ਇਹ ਮਨਸਬ ਅਤੇ ਇਜ਼ਾਜ਼ ਅਤਾ ਫਰਮਾਇਆ ਕਿ ਅੱਲਾਹ ਦੇ ਪਿਆਰੇ ਨਬੀ ਤਸ਼ਰੀਫ ਲਿਆਉਂਦੇ ਰਹੇ ਨੇ ਅਤੇ ਹਰ ਆਉਣ ਵਾਲਾ ਨਬੀ ਰੱਬੁਲ ਆਲਮੀਨ ਦੇ ਆਰਡਰ ਅਤੇ ਹੁਕਮ ਨਾਲ ਜੋ ਕਿਤਾਬ ਤੌਰਾਤ ਇੰਜੀਲ ਜ਼ਬੂਰ ਇਹ ਸਾਰੀਆਂ ਮੁਨੱਜ਼ਲ ਮਿਨੱਲਾ ਕਿਤਾਬਾਂ ਨੇ ਦੱਸਦੇ ਰਹਿ, ਆਪਣੀਆਂ ਕਿਤਾਬਾਂ ਪੜ੍ਹ ਪੜ੍ਹ ਕੇ ਸਮਝਾਉਂਦੇ ਰਹਿ ਕਿ ਇੱਕ ਆਖਰ 'ਤੇ ਨਬੀ ਆਉਣ ਵਾਲਾ ਮੁਹੰਮਦ ਉਹਦਾ ਨਾਮ ਹੋਏਗਾ ਸੱਲੱਲਾਹੁ ਅਲੈਹਿ ਵਸੱਲਮ। ਕਿਸ ਅੰਦਾਜ਼ ਨਾਲ ਮੇਰੇ ਮੁਸਤਫਾ ਤਸ਼ਰੀਫ ਲਿਆਏ, ਮੇਰਾ ਦਿਲ ਚਾਹੁੰਦਾ ਵਿਲਾਦਤ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਉਨਵਾਨ ਔਰ ਹਵਾਲੇ ਨਾਲ ਮੈਂ ਕੁਛ ਬਾਤਾਂ ਅੱਜ ਦੇ ਇਸ ਖੁਤਬਾ ਜੁਮਾ ਦੇ ਅੰਦਰ ਤੁਹਾਡੀ ਖਿਦਮਤ ਦੇ ਅੰਦਰ ਪੇਸ਼ ਕਰਾਂ। ਵਿਲਾਦਤ ਮੁਸਤਫਾ ਅਲੈਹਿ ਸਲਾਤੁ ਵਸਲਾਮ ਯਾਨੀ ਆਪ ਦੇ ਦੁਨੀਆ 'ਤੇ ਤਸ਼ਰੀਫ ਲਿਆਉਣਾ
ਆਪ ਦਾ ਪੈਦਾ ਹੋਣਾ, ਜਿਹਨੂੰ ਵਿਲਾਦਤ ਵੀ ਕਿਹਾ ਜਾਂਦਾ, ਜਿਹਨੂੰ ਵਿਲਾਦਤ ਨਬੀ ਕਿਹਾ ਜਾਂਦਾ, ਜਿਹਨੂੰ ਮਿਲਾਦੁਨ ਨਬੀ ਕਿਹਾ ਜਾਂਦਾ। ਮਿਲਾਦ ਦਾ ਮਾਨ ਹੈ ਪੈਦਾ ਹੋਣਾ। ਅਤੇ ਮੈਂ ਕੁਰਬਾਨ ਜਾਵਾਂ, ਆਮਿਨਾ ਦੇ ਲਾਲ ਅਲੀ ਸਲਾਤੋ ਵਸਲਾਮ ਤਸ਼ਰੀਫ ਲਿਆਏ, ਪੈਦਾ ਹੋਏ, ਔਰ ਆਪ ਦੀ ਆਮਦ ਤੋਂ ਪਹਿਲਾਂ ਮੁਸਤਫਾ ਅਲੀ ਸਲਾਤੋ ਵਸਲਾਮ ਦੇ ਬਾਰੇ ਅੱਲਾਹ ਦੇ ਨਬੀ ਸਮਝਾਉਂਦੇ ਗਏ, ਦੱਸਦੇ ਗਏ ਕਿ ਲੋਗੋ ਤਿਆਰੀ ਰੱਖਿਆ ਜੇ ਆਖਰੀ ਨਬੀ ਆਉਣ ਵਾਲਾ। ਸੁਭਾਨ ਅੱਲਾਹ। ਔਰ ਕੁਰਾਨ ਪਾਕ ਦੇ ਮੁਖਤਲਿਫ ਮਕਾਮਾਤ 'ਤੇ ਅੱਲਾਹ ਨੇ ਇਹਦਾ ਤਜ਼ਕਿਰਾ ਖੈਰ ਫਰਮਾਇਆ, ਜਨਾਬ ਈਸਾ ਅਲੀ ਸਲਾਤੋ ਵਸਲਾਮ ਆਪ ਅਲੀ ਸਲਾਮ ਦੀ ਆਮਦ ਤੋਂ ਪਹਿਲੇ ਜਨਾਬ ਈਸਾ ਅਲੀ ਸਲਾਮ ਆਏ ਨੇ, ਅਤੇ ਉਹ ਵੀ ਆਪਣੀ ਕੌਮ ਦੇ ਸਾਹਮਣੇ ਨਾ ਅੱਲਾਹ ਦਾ ਪੈਗਾਮ ਰੱਖ ਰਹੇ ਨੇ, ਸੁਣਾ ਰਹੇ ਨੇ, ਔਰ ਨਾਲ ਦੱਸ ਰਹੇ ਨੇ ਕਿ ਆਖਰੀ ਨਬੀ ਦੇ ਆਉਣ ਦਾ ਵੇਲਾ ਕਰੀਬ ਆ ਗਿਆ। ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ, ਵਾ ਇਜ਼ ਕਾਲਾ ਈਸਾ ਬਨੁ ਮਰੀਯਮ, ਜਨਾਬ ਈਸਾ ਅਲੈਹਿ ਸਲਾਤੋ ਵਸਲਾਮ ਆਪਣੀ ਕੌਮ ਨਾਲ ਗੁਫਤਗੂ ਫਰਮਾ ਰਹੇ ਨੇ, ਆਪਣੀ ਕੌਮ ਨਾਲ ਹਮ ਕਲਾਮ ਨੇ ਵਾਜ ਫਰਮਾ ਰਹੇ ਨੇ। ਫਰਮਾਇਆ ਵਾ ਇਜ਼, ਨਕਸ਼ਾ ਕੁਰਾਨ ਨੇ ਖਿੱਚਿਆ, ਵਾ ਇਜ਼ ਕਾਲ ਈ ਸਭ ਨੂੰ ਮਰੀਯਮ ਯਾ ਬਨੀ ਇਸਰਾਇਲਾ ਇੰਨੀ ਰਸੂਲੁਲਾਹ ਇਲੈਕੁਮ ਮੁਸੱਦਿਕਾ ਲਿਮਾ ਬੈਨ ਯਦਈਆ ਮਿਨ ਤੌਰਾਤ ਵਾ ਮੁਬਸ਼ਿਰਨ ਬਿਰਸੂਲੀ ਯਾਤੀ ਮਿਨ ਬਾਦ ਇਸਮਿਹਿ ਅਹਿਮਦ ਫਲੰਮਾ ਜਾਅਹੁਮ ਬਿਲ ਬੈਨਾਤ ਕਾਲੂ ਹਾਜ਼ਾ ਸਿਹਰੁਨ ਮੁਬੀਨ। ਚੀਜ਼ਾਂ ਦਾ ਨਬੀ ਪਾਕ ਨੇ ਜ਼ਿਕਰ ਫਰਮਾਇਆ, ਹਦੀਸ ਪਾਕ ਦੇ ਅੰਦਰ ਤਜ਼ਕਿਰਾ ਮੌਜੂਦ ਹੈ। ਆਮਿਨਾ ਦੇ ਲਾਲ ਅਲੀ ਸਲਾਮ ਫਰਮਾਉਂਦੇ ਨੇ, ਮੈਂ ਜਨਾਬ ਈਸਾ ਦੀਆਂ ਬਸ਼ਾਰਤਾਂ ਦਾ ਨਤੀਜਾ ਬਣ ਕੇ ਆਇਆ, ਮੈਂ ਜਨਾਬ ਖਲੀਲੁੱਲਾ ਅਲੈਹਿ ਸਲਾਤੋ ਵਸਲਾਮ ਦੀਆਂ ਦੁਆਵਾਂ ਦਾ ਰਿਜ਼ਲਟ ਅਤੇ ਨਤੀਜਾ ਬਣ ਕੇ ਆਇਆ ਵਾਂ। ਅਤੇ ਤੀਸਰੀ ਗੱਲ ਆਪ ਫਰਮਾਉਂਦੇ ਨੇ, ਮੈਂ ਆਪਣੀ ਮਾਂ ਆਮਿਨਾ ਦੇ ਖਾਬ ਦੀ ਤਾਬੀਰ ਬਣ ਕੇ ਆਇਆ। ਸੁਭਾਨ ਅੱਲਾਹ। ਮਾਂ ਆਮਿਨਾ ਦੇ ਖਾਬ ਦੀ ਤਾਬੀਰ ਬਣ ਕੇ ਜਨਾਬ ਈਸਾ ਅਲੈਹਿ ਸਲਾਮ ਦੀਆਂ ਬਸ਼ਾਰਤਾਂ ਦਾ ਨਤੀਜਾ, ਜਨਾਬ ਖਲੀਲ ਅਲੈਹਿ ਸਲਾਮ ਦੀਆਂ ਦੁਆਵਾਂ ਦਾ ਨਤੀਜਾ। ਔਰ ਇਸੇ ਵਾਸਤੇ ਫਰਮਾਇਆ ਸੀ, ਬਸ਼ਾਰਾ ਤੋ ਈਸਾ ਵਾ ਵਾਜ਼ੁਲ ਕਲੀਮੀ, ਬਸ਼ਾਰਾ ਤੋ ਈਸਾ ਵਾ ਵਾਜ਼ੁਲ ਕਲੀਮੀ ਦੁਆ ਉਲ ਬਰਾਹੀਮ ਇੰਦਲ ਹਤੀਮੀ। ਮੇਰੇ ਪਾਕ ਪੈਗੰਬਰ ਅਲੈਹਿ ਸਲਾਮ ਫਰਮਾਉਂਦੇ ਨੇ, ਬਸ਼ਾਰਾ ਤੋ ਈਸਾ ਵਾ ਵਾਜ਼ੁਲ ਕਲੀਮੀ ਦੁਆ ਉਲ
ابراهيم عند الحطيم جناب خليل علیہ السلام نے حطیم دے لاگے کھلو کے جیڑیاں دعاواں کیتیاں سن اوناں دعاواں دی قبولیت دا رزلٹ بن کے میں محمد دنیا تے آ گیا ہاں صلی اللہ علیہ وسلم۔ اور کروڑوں بار صلی اللہ علیہ وسلم، اللہ جتھے تیرے پاک پیغمبر لیٹے نے انہاں دے روضہ انور تے کروڑاں رحمتاں نازل فرمانا تے ساڈے والوں کروڑوں درود و سلام دا میں پاندے آ رہا نا۔ آمینہ دے لال علیہ السلام دی آمد تو پہلا جناب عیسیٰ فرما رہا ہے، او میری قوم بنی اسرائیل دے لوگوں گل سنو، انی رسول اللہ علیکم، میں تو آڈے والا اللہ دا رسول بن کے آیا ہوں، مصدق لما بین یدی من التورات، میرے تو پہلا جیڑی کتاب تورات میں اس کتاب دی تصدیق کرنے واسطے آیا ہوں، ومبشرن برسول، تے میں کیسے رسول دی خوشخبری سنانا آیا، یا اتیم من بعدی، آئے گا تے میرے تو بعد اسمہ احمد، او دا نام احمد ہوئے گا۔ اے جناب عیسیٰ علیہ السلام دس رہے نے، میں تھوڑا جا توانوں اس تو پیچھے لے چلا، اللہ ذل جلال دے پیارے خلیل علیہ السلام تو سلام نے جدو رب دا گھر بنا لیا، کعبۃ اللہ دی تعمیر نو تکمیل تک پہنچا دیتا ہے، تے قرآن پاک نے نقشہ کھچیا، اللہ ذل جلال فرماندے نے وائز یارفا ابراہیم القواعد من البیت و اسماعیل ربنا تقبل منا انک انت السمیع العلیم، ربنا وجعلنا مسلمین لکا ومن ذریتنا امتا مسلمت لکا وارنا مناسکنا وتب علینا انک انت التواب الرحیم۔ جناب خلیل اللہ علیہ السلام اللہ دا گھر بنا وا اس یار وا ابراہیم القواعد من البیت و اسماعیل، کتنی سعادت دی بات ہے، مسجداں اور مسجداں دی تعمیر اور پھر مسجداں دی آبادی واسطے محنت تے کوشش، اگر کسے بندے نو اللہ موقع عطا کرے نا تے سجدے سر رکھ کے رب دا شکریہ ادا کریا کرو۔ ربا دنیا دا نظام ہے، کوئی سینمے چلاندا ہے، کوئی تھیٹر چلاندا ہے، کوئی شراب و شباب دے اڈے چلاندا ہے، کوئی بے حیائی تے بغیرتی تے فحاشی تے زنا دے اڈے چلاندا ہے،
ਰੱਬਾ ਤੇਰਾ ਸ਼ੁਕਰ ਹੈ, ਤੂੰ ਮੈਨੂੰ ਆਪਣੇ ਘਰ ਦੀ ਖਿਦਮਤ ਦਾ ਮੌਕਾ ਨਸੀਬ ਫਰਮਾਇਆ। ਸਰ ਸਜਦੇ ਰੱਖ ਕੇ ਮਾਲਕ ਦਾ ਸ਼ੁਕਰੀਆ ਅਦਾ ਕਰਿਆ ਕਰੋ। ਅੱਲਾ ਤੇਰਾ ਸ਼ੁਕਰ ਹੈ, ਤੂੰ ਆਪਣੇ ਦੀਨ ਦੀ ਖਿਦਮਤ ਦਾ ਮੈਨੂੰ ਸ਼ਰਫ ਅਤਾ ਕੀਤਾ, ਆਪਣੇ ਘਰ ਦੀ ਖਿਦਮਤ ਦਾ ਮੌਕਾ ਅਤਾ ਕੀਤਾ, ਔਰ ਮਸਜਿਦਾਂ ਬਣਾਉਣ ਦੀ ਡਿਊਟੀ ਰੱਬ ਜਿਹਦੇ ਕੋਲੋਂ ਚਾਹੇ ਕੰਮ ਲੈ, ਉਹਨੂੰ ਪੁੱਛਣ ਵਾਲਾ ਕੋਈ ਨਹੀਂ। ਤੇ ਕੁਰਾਨ ਦੇ ਇਸ ਅੰਦਾਜ਼ ਤੋਂ ਪਤਾ ਲੱਗਦਾ ਪਿਆ ਕਿ ਰੱਬੁਲ ਆਲਮੀਨ ਮਸਜਿਦਾਂ ਦੀ ਤਾਮੀਰ ਦਾ ਕੰਮ ਤੇ ਜ਼ਿੰਮੇਦਾਰੀ ਆਪਣੇ ਨਬੀਆਂ ਦੀ ਲਾਈ ਹੈ। ਏਡਾ ਵੱਡਾ ਕੰਮ ਹੈ ਤੇ ਏਡਾ ਆਲਾ ਸ਼ੋਭ ਹੈ ਕਿ ਜਿਹੜਾ ਨਬੀ ਕੰਮ ਕਰਦੇ ਰਹੇ ਉਹ ਕੰਮ ਅੱਲਾ ਕਿਸੇ ਕੋਲੋਂ ਲੀਲਾ। ਤੇ ਜਨਾਬੇ ਖਲੀਲ ਅਲੈਹਿ ਸਲਾਤੁ ਵਸਲਾਮ, ਅੱਜ ਲੋਕ ਆਉਂਦੇ ਨੇ ਮੈਂ ਫਲਾਣੇ ਐਮ ਪੀ ਏ ਦਾ ਡੇਰਾ ਬਣਾਇਆ, ਫਲਾਣੇ ਐਮ ਐਨ ਏ ਦਾ ਘਰ ਬਣਾਇਆ, ਫਲਾਣੇ ਵਜ਼ੀਰ ਦੀ ਕੋਠੀ ਬਣਾਈ ਹੈ, ਔਰ ਉਹਦੀ ਕਿਸਮਤ ਦੇ ਕਿਆ ਕਹਿੰਦੇ ਜਿਹਨੇ ਰੱਬ ਦਾ ਘਰ ਬਣਾਇਆ ਤੇ ਆਪਣੀ ਮਰਜ਼ੀ ਨਾਲ ਵੀ ਨਹੀਂ। ਅਸੀਂ ਤੁਸੀਂ ਮਸਜਿਦ ਬਣਾਈਏ ਇਸ ਵਾਸਤੇ ਨੀਅਤ ਸਵਾਬ ਮਿਲੇ, ਅੱਲਾ ਰਾਜ਼ੀ ਹੋ ਜਾਏ, ਅਜਰ ਮਿਲੇ, ਬਦਲੇ 'ਚ ਰੱਬ ਜੰਨਤ ਅਤਾ ਫਰਮਾ ਦੇ, ਇਹ ਵੀ ਬੜੇ ਅਹਿਸਾਸ ਦੀ ਬਾਤ ਹੈ। ਅਤੇ ਜਿਹਨੂੰ ਰੱਬੁਲ ਆਲਮੀਨ ਆਪ ਫਰਮਾਨ ਮੇਰਾ ਘਰ ਬਣਾ, ਜਿਹਨੂੰ ਰੱਬ ਆਪ ਕਹਿਣ ਮੇਰਾ ਘਰ ਬਣਾ, ਉਹਨਾਂ ਦੀ ਕਿਸਮਤ ਦੇ ਕਿਆ ਕਹਿਣੇ। ਵਾਇਜ਼ ਯਰਫਾਉ ਇਬਰਾਹੀਮੁ ਅਲ-ਕਵਾਇਦਾ ਮਿਨਲ ਬੈਤਿ ਵਾ ਇਸਮਾਈਲ, ਅੱਲਾ ਦਾ ਘਰ ਬੁਨਿਆਦਾਂ ਜਨਾਬੇ ਖਲੀਲੁੱਲਾ ਜ਼ਬੀਹੁੱਲਾ, ਇਹ ਦੋਨੋਂ ਬਾਪ ਬੇਟਾ ਅੱਲਾ ਦੇ ਘਰ ਦੀ ਤਾਮੀਰ ਕਰਦੇ ਨੇ ਵੈ। ਅਤੇ ਕਾਬਾਤੁੱਲਾ ਦੀ ਤਾਮੀਰ ਜਦੋਂ ਤਕਮੀਲ ਤੱਕ ਪਹੁੰਚ ਜਾਂਦੀ ਹੈ, ਹੁਣ ਫਾਰਗ ਹੋ ਕੇ ਬੈਤੁੱਲਾ ਦੀ ਤਾਮੀਰ ਨੂੰ ਮੁਕੰਮਲ ਕਰਕੇ ਅਤੇ ਪਹਿਲਾ ਕੰਮ ਕੀ ਕਰਦੇ ਨੇ, ਰੱਬਨਾ ਤਕੱਬਲ ਮਿੰਨਾ। ਇੱਥੋਂ ਮਾਲੂਮ ਹੁੰਦਾ ਬਈ ਕੋਈ ਬੰਦਾ ਇਹ ਨਾ ਸਮਝੇ ਮੈਂ ਮਸਜਿਦ ਬਣਾਈ ਹੈ ਤੇ ਰੱਬ ਦੇ ਖਾਤੇ ਬੜਾ ਵੱਡਾ ਇਹਸਾਨ ਚਾੜ ਦਿੱਤਾ, ਜਾਂ ਮਹੱਲੇ ਵਾਲਿਆਂ ਤੇ ਮੈਂ ਬੜਾ ਵੱਡਾ ਇਹਸਾਨ ਚਾੜਿਆ। ਇੱਥੋਂ ਮਾਲੂਮ ਹੁੰਦਾ ਅਗਰ ਕੋਈ ਬੰਦਾ ਮਸਜਿਦ ਬਣਾਉਂਦਾ, ਮਸਜਿਦ ਚਲਾਉਂਦਾ, ਅੱਲਾ ਦੀ ਤੌਫੀਕ ਹੁੰਦੀ ਹੈ ਤੇ ਬੰਦਾ ਕੰਮ ਕਰਦਾ, ਉਹ ਮਹੱਲੇਦਾਰਾਂ ਤੇ ਇਹਸਾਨ ਨਾ ਚਾੜੇ ਬਲਕਿ ਆਪਣੇ ਮਾਲਕ ਕੋਲੋਂ ਕਬੂਲੀਅਤ ਦੀਆਂ ਦੁਆਵਾਂ ਕਰੇ। ਨਬੀ ਹੈ ਨਬੀ, ਤੇ ਨਬੀ ਦਾ ਕੋਈ ਅਮਲ ਐਸਾ ਹੈ ਜਿਹੜਾ ਅੱਲਾ ਕਬੂਲ ਨਾ ਕਰੇ? ਨਬੀ ਤੇ ਹੈ ਹੀ ਰੱਬ ਦਾ ਬਰਗੁਜ਼ੀਦਾ। ਇਸ ਦੇ ਬਾਵਜੂਦ ਜਨਾਬੇ ਖਲੀਲੁੱਲਾ ਇਹ ਦੋਵੇਂ ਬਾਪ ਬੇਟਾ ਦਾਮਨ ਫੈਲਾਇਆ ਕਿਹਦੇ ਸਾਹਮਣੇ? ਕਿਹਦੇ ਸਾਹਮਣੇ ਹੱਥ ਚੁੱਕੇ ਨੇ? ਕਿਹਦੇ ਸਾਹਮਣੇ? ਅੱਲਾ ਦੇ ਸਾਹਮਣੇ। ਇੰਜ ਝੋਲੀ ਅੱਡੀ ਏ ਕਿਹਦੇ ਸਾਹਮਣੇ? ਆਪਣੇ ਦਾਤਾ ਦੇ ਸਾਹਮਣੇ। ਅੱਲਾ ਤੇਰੇ ਕਹਿਣ ਤੇ ਹੀ ਤੇਰਾ ਘਰ ਬਣਾਇਆ, ਪਰ ਸੋਹਣਿਆ ਇਹਸਾਨ ਨਹੀਂ ਉਹ ਅਸਾਂ ਕੀਤਾ, ਅੱਲਾ ਸਾਡਾ ਕਮਾਲ ਨਹੀਂ। ਮੈਂ ਤੇਰਾ ਖਲੀਲ ਹੋ ਕੇ ਤੇ ਆਪਣੇ ਲਾਲ ਇਸਮਾਈਲ ਨੂੰ ਨਾਲ ਲੈ ਕੇ ਮਾਲਕ ਤੇਰੇ
ਸਾਹਮਣੇ ਦਾਮਨ ਫੈਲਾ ਬੈਠਾ ਤੇ ਮੇਰੀ ਅਰਜ਼ ਇਹ ਵੇ ਰੱਬਨਾ ਤਕਬਲ ਮਿੰਨਾ, ਅੱਲਾ ਸਾਡੀ ਇਸ ਮਿਹਨਤ ਨੂੰ ਕਬੂਲ ਫਰਮਾ ਲੈ, ਰੱਬਨਾ ਤਕਬਲ ਮਿੰਨਾ ਇਨਕਾ ਅੰਤ ਸਮੀਉਲ ਅਲੀਮ। ਇੱਕ ਹੋਰ ਦੁਆ ਕੀਤੇ, ਰੱਬਨਾ ਵਜਾਲਨਾ ਮੁਸਲਿਮੈਨ ਲਾਕਾ ਹਾਲਾ। ਨਬੀ ਨੇ ਪਿਓ ਵੀ ਨਬੀ ਹੈ ਤੇ ਬੋਲੋ ਪੁੱਤਰ ਵੀ ਨਬੀ, ਦੋਵੇਂ ਹੀ ਨਬੀ ਨੇ ਤੇ ਇਸ ਦੇ ਬਾਵਜੂਦ ਦੁਆ ਕਰਦੇ ਨੇ, ਰੱਬਨਾ ਵਜਾਲਨਾ ਮੁਸਲਿਮੈਨ ਲਾਕਾ। ਅੱਲਾ ਸਾਨੂੰ ਆਪਣਾ ਫਰਮਾ ਬਰਦਾਰ ਰੱਖੀ, ਰੱਬਨਾ ਵਜਾਲਨਾ। ਸਪਾਰਾ ਪਹਿਲਾ ਤੇ ਸੂਰਤ ਦਾ ਨਾਮ ਹੈ ਸੂਰਾ ਬਕਰਾ। ਰੱਬਨਾ ਵਜਾਲਨਾ ਮੁਸਲਿਮੈਨ ਲਾਕਾ, ਅੱਲਾ ਸਾਨੂੰ ਆਪਣਾ ਫਰਮਾ ਬਰਦਾਰ ਬਣਾ ਕੇ ਰੱਖੀ। ਵਮਿਨ ਜ਼ੁਰੀਅਤਨਾ ਉਮਤ ਮੁਸਲਿਮਤ ਲਾਕਾ, ਤੇ ਅੱਲਾ ਸਾਡੀ ਔਲਾਦ ਵਿੱਚੋਂ ਵੀ ਲੋਕਾਂ ਨੂੰ ਆਪਣਾ ਤਾਬੇਦਾਰ ਬਣਾ ਕੇ ਰੱਖੀ। ਵਾ ਆਰਨਾ ਮਨਾਸਿਕਾਨਾ, ਤੇ ਅੱਲਾ ਸਾਨੂੰ ਹਜ ਦੇ ਤਰੀਕੇ ਵੀ ਸਮਝਾ ਦੇ। ਵਾ ਆਰਨਾ ਮਨਾਸਿਕਾਨਾ ਵਾ ਤੁਬਾਲੈਨਾ ਇਨਕਾ ਅੰਤ ਤਵਾਬ ਰਹੀ। ਘਰ ਬਣਾ ਕੇ ਦੁਆਵਾਂ ਕਰਕੇ ਤੇ ਜ਼ਿਹਨੀ ਤੌਰ ਤੇ ਮੁਤਮਾਇਨ ਹੋ ਕੇ ਨਾ, ਤੇ ਹੁਣ ਇੱਕ ਅਰਜ਼ ਕਰਦੇ ਨੇ ਕਿ ਪਹਿਲਾ ਯਾ ਅੱਲਾ ਤੇਰੇ ਸਿਰ ਇਹਸਾਨ ਨਹੀਂ ਤੇ ਇਹ ਸਾਡੀਆਂ ਇਲਤਜਾਵਾਂ ਨੇ ਤੇ ਮਿਹਰਬਾਨ ਨੇ, ਤੂੰ ਮੰਨ ਲਵੇਂ ਤੇ ਤੈਨੂੰ ਪੁੱਛਣ ਵਾਲਾ ਕੋਈ ਨਹੀਂ। ਆਮਿਨਾ ਦੇ ਲਾਲ ਅਲੈਹਿ ਸਲਾਤੁ ਵਸਲਾਮ ਦੇ ਜੱਦੇ ਅਮਜਦ ਨੇ ਤੇ ਨਬੀ ਪਾਕ ਅਲੈਹਿ ਸਲਾਮ ਉਹ ਜਿਹੜਾ ਫਰਮਾਇਆ ਸੀ ਨਾ, ਬਸ਼ਾਰਾ ਤੋ ਈਸਾ ਵਾਜ਼ੁਲ ਕਲੀਮੀ ਦੁਆ ਉਲ ਬਰਾਹੀਮ ਇੰਦਲ ਹਤੀਮੀ। ਇੰਜ ਹਤੀਮ ਦੇ ਲਾਗੇ ਖੜੇ ਹੋ ਕੇ ਪਿਓ ਪੁੱਤਰ ਤੇ ਮਾਲਕ ਦੇ ਸਾਹਮਣੇ ਦਾਮਨ ਫੈਲਾ ਕੇ ਆਉਂਦੇ ਨੇ, ਰੱਬਨਾ ਵਬਾਸ ਫੀਹਿਮ, ਰੱਬਨਾ ਵਬਾਸ ਫੀਹਿਮ। ਬਲਕਿ ਮੈਂ ਤੇ ਇਸ ਤਰ੍ਹਾਂ ਕਹਾ ਕਰਨਾ, ਜਦੋਂ ਖਲੀਲੁੱਲਾ ਅਲੈਹਿ ਸਲਾਮ ਨੇ ਘਰ ਬਣਾਇਆ ਹੋਏਗਾ, ਅੱਲਾ ਦੇ ਘਰ ਦੀ ਤਾਮੀਲ ਨੂੰ ਤਕਮੀਲ ਨੂੰ ਆਪਣੀ ਤਾਕਤ ਤੇ ਹਿੰਮਤ ਦੇ ਮੁਤਾਬਕ ਜਦੋਂ ਤਿਆਰ ਕੀਤਾ ਹੋਏਗਾ ਤੇ ਤਿਆਰੀ ਦੇ ਬਾਅਦ ਹੁਣ ਆਪਣੇ ਮਾਲਕ ਦੇ ਸਾਹਮਣੇ ਖੜੇ ਹੋਣਗੇ ਤੇ ਅੱਲਾ ਫਰਮਾਉਂਦੇ ਹੋਣਗੇ, ਪਿਆਰਿਆ ਤੂੰ ਮੇਰੀ ਮੰਨੀ ਤੇ ਮੇਰਾ ਘਰ ਬਣਾਏ, ਹੁਣ ਕੁਝ ਤੂੰ ਮੰਗ ਲੈ ਤੇ ਮੈਂ ਮੰਨ ਲਵਾਂ।
ਅੱਗੇ ਮੈਂ ਆਖਿਆ ਤੇ ਤੂੰ ਮੰਨੀ ਏ ਤੇ ਘਰ ਮੇਰਾ ਬਣਾ ਦਿੱਤਾ ਏ, ਹੁਣ ਤੂੰ ਮੰਗ ਲੈ ਤੇ ਮੈਂ ਮੰਨ ਲਵਾਂਗਾ। ਤੇ ਜਨਾਬੇ ਖਲੀਲੁੱਲਾਹ ਅਲੈਹਿ ਸਲਾਮ, ਦੁਨੀਆਂ ਦੀਆਂ ਦੌਲਤਾਂ ਦਾ ਪੈਸਿਆਂ ਦਾ ਸਵਾਲ ਨਹੀਂ, ਕਾਰੋਬਾਰ ਦਾ ਸਵਾਲ ਨਹੀਂ, ਦੁਨੀਆਂ ਦੇ ਸੀਮੋ ਸਰ ਦਾ ਸਵਾਲ ਨਹੀਂ, ਇੱਕ ਦੁਆ ਕੀਤੀ ਏ। ਅੱਜ ਤੱਕ ਉਸ ਦੁਆ ਦੇ ਅਸਰਾਤ ਨੇ, ਕਿਆਮਤ ਤੱਕ ਉਹਦੇ ਅਸਰਾਤ ਕਾਇਮ ਨੇ। ਰੱਬਨਾ ਵਬਅਸ ਫੀਹਿਮ ਰਸੂਲਾਂ ਮਿਨਹੁਮ, ਅੱਲਾ ਘਰ ਤੇਰਾ ਅਸਾਂ ਬਣਾ ਦਿੱਤਾ ਤੇ ਹੁਣ ਇਸ ਘਰ ਦੀ ਆਬਾਦੀ ਲਈ ਇੱਕ ਰਸੂਲ ਭੇਜ ਦੇ। ਰੱਬਨਾ ਵਬਅਸ ਫੀਹਿਮ ਰਸੂਲਾਂ ਮਿਨਹੁਮ, ਅੱਲਾ ਇੱਕ ਰਸੂਲ ਘੱਲ ਦੇ ਇਹਨਾਂ ਦੇ ਵਿੱਚ, ਮੱਕੇ ਵਾਲਿਆਂ ਇਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚੋਂ ਜਿਹੜਾ ਰਸੂਲ ਆ ਕੇ ਕੰਮ ਕਰੇ। ਯਤਲੂ ਅਲੈ ਆਯਾਤ ਕਾ, ਇਹਨਾਂ ਨੂੰ ਤੇਰੀਆਂ ਐਤਾਂ ਪੜ੍ਹ ਪੜ੍ਹ ਕੇ ਸੁਣਾਏ। ਵਾਯੋ ਅੱਲੇ ਮੋਹਮੁਲ ਕਿਤਾਬ ਵਲ ਹਿਕਮਾ, ਤੇ ਇਹਨਾਂ ਨੂੰ ਕਿਤਾਬੋ ਹਿਕਮਤ ਦਾ ਇਲਮ ਸਿਖਲਾਏ। ਵਾਯੋ ਸਕੀਮ, ਇਹਨਾਂ ਦੇ ਦਿਲਾਂ ਨੂੰ ਪਾਕ ਤੇ ਸਾਫ਼ ਕਰ ਦੇਵੇ। ਇਨ ਕਾ ਅੰਤ ਲਾਜ਼ੀਜ਼ੁਲ ਹਕੀਮ। ਉਧਰ ਜਨਾਬ ਈਸਾ ਦੀ ਬਸ਼ਾਰਤ ਹੈ ਕਿ ਆਖਰੀ ਨਬੀ ਆਉਣ ਵਾਲਾ, ਇੱਥੇ ਜਨਾਬ ਖਲੀਲੁੱਲਾਹ ਦੀਆਂ ਦੁਆਵਾਂ ਨੇ, ਯਾ ਅੱਲਾ ਐਸਾ ਰਸੂਲ ਭੇਜ ਦੇ। ਜਨਾਬ ਖਲੀਲੁੱਲਾਹ ਦੀਆਂ ਦੁਆਵਾਂ ਤੇ ਈਸਾ ਅਲੈਹਿ ਸਲਾਮ ਦੀਆਂ ਬਸ਼ਾਰਤਾਂ ਦਾ ਨਤੀਜਾ ਬਣ ਕੇ ਮੁਸਤਫਾ ਦੁਨੀਆਂ ਤੇ ਆ ਰਹੇ ਨੇ। ਕਾਇਨਾਤ ਦੇ ਇਮਾਮ ਅਲੈਹਿ ਸਲਾਤੁ ਵਸਲਾਮ ਆਪ ਦੁਨੀਆਂ ਤੇ ਤਸ਼ਰੀਫ ਲਿਆ ਰਹੇ ਨੇ। ਵਿਲਾਦਤ ਮੇਰੇ ਪਾਕ ਪੈਗੰਬਰ ਅਲੈਹਿ ਸਲਾਤੁ ਵਸਲਾਮ, ਆਪ ਦੀ ਵਿਲਾਦਤ ਦਾ ਜ਼ਮਾਨਾ ਕਰੀਬ ਆਇਆ। ਆਮਿਨਾ ਦੇ ਦੁਰੇ ਯਤੀਮ ਅਲੈਹਿ ਸਲਾਤੁ ਵਸਲਾਮ, ਆਪ ਦੀ ਬੇਸਤ ਦਾ ਵੇਲਾ ਤੇ ਜ਼ਮਾਨਾ ਕਰੀਬ ਆ ਗਿਆ। ਔਰ ਆਏ ਮੁਸਤਫਾ ਅਲੈਹਿ ਸਲਾਮ ਕਿਸ ਰੰਗ ਢੰਗ ਨਾਲ ਆਏ ਨੇ, ਹਰ ਪਾਸੇ ਧੁੰਮਾਂ ਹੀ ਧੁੰਮਾਂ ਪੈ ਗਈਆਂ ਪਿਆਰੇ ਪੈਗੰਬਰ ਅਲੈਹਿ ਸਲਾਮ ਦੇ ਆਉਣ ਦੀਆਂ। ਔਰ ਬੜੀ ਪਿਆਰੀ ਇੱਕ ਸਾਹਿਬੇ ਦਿਲ ਨੇ ਗੱਲ ਕੀਤੀ, ਆਂਦਾ ਇਹ ਕੌਣ ਆਇਆ ਜਿਹਦੇ ਆਇਆ ਬਹਾਰਾਂ ਮੁਸਕਰਾ ਪਈਆਂ, ਇਹ ਕੌਣ ਆਇਆ ਜਿਹਦੇ ਆਇਆ ਬਹਾਰਾਂ ਮੁਸਕਰਾ ਪਈਆਂ, ਔਰ ਖਿੜੇ ਨੇ ਫੁੱਲ ਅਤੇ ਕਲੀਆਂ ਹਜ਼ਾਰਾਂ ਮੁਸਕਰਾ ਪਈਆਂ, ਖਿੜੇ ਨੇ ਫੁੱਲ ਅਤੇ ਕਲੀਆਂ ਹਜ਼ਾਰਾਂ
ਮੁਸਕਰਾ ਪਈਆਂ ਔਰ ਬੜੀ ਕਮਜ਼ੋਰ ਸੀ ਡਾਚੀ ਸਵਾਰੀ ਪੀਰ ਮਦਨੀ ਦੀ ਬੜੀ ਕਮਜ਼ੋਰ ਸੀ ਡਾਚੀ ਸਵਾਰੀ ਪੀਰ ਮਦਨੀ ਦੀ ਹਲੀਮਾ ਹੱਥ ਜਦੋਂ ਫੜੀਆਂ ਮੁਹਾਰਾਂ ਮੁਸਕਰਾ ਪਈਆਂ ਹਲੀਮਾ ਹੱਥ ਜਦੋਂ ਫੜੀਆਂ ਮੁਹਾਰਾਂ ਮੁਸਕਰਾ ਪਈਆਂ ਅਜ਼ਲ ਤੋਂ ਸਿੱਖ ਦੀਆਂ ਸਨ ਜੋ ਕੁਰਬਤ ਦੀ ਲੱਜ਼ਤ ਨੂੰ ਕਦਮ ਰੱਖਿਆ ਨਬੀ ਸੋਨੇ ਕਦਮ ਰੱਖਿਆ ਨਬੀ ਸੋਨੇ ਤੇ ਗਾਰਾਂ ਮੁਸਕਰਾ ਪਈਆਂ ਕਦਮ ਰੱਖਿਆ ਨਬੀ ਸੋਨੇ ਤੇ ਗਾਰਾਂ ਮੁਸਕਰਾ ਪਈਆਂ ਔਰ ਖੜੇ ਸਨ ਮੁਨ ਤਜ਼ਿਰ ਸਾਰੇ ਖੜੇ ਸਨ ਮੁਨ ਤਜ਼ਿਰ ਸਾਰੇ ਨਬੀ ਅਕਸਾ ਦੀ ਮਸਜਿਦ ਵਿੱਚ ਖੜੇ ਸਨ ਕਾਮੋਗੀ ਵਾਲਿਓ ਖੜੇ ਸਨ ਮੁੰਤਜ਼ਰ ਸਾਰੇ ਨਬੀ ਅਕਸਾ ਦੀ ਮਸਜਿਦ ਵਿੱਚ ਇਮਾਮੁਲ ਅੰਬਿਆ ਆਏ ਕਤਾਰਾਂ ਮੁਸਕਰਾ ਪਈਆਂ ਇਮਾਮੁਲ ਅੰਬਿਆ ਆਏ ਕਤਾਰਾਂ ਮੁਸਕਰਾ ਪਈਆਂ ਆਮਿਨਾ ਦੇ ਲਾਲ ਲਈ ਸਲਾਤੋ ਸਲਾਮ ਤਸ਼ਰੀਫ ਲੈ ਆਏ ਨੇ ਆਪ ਦੇ ਦੁਨੀਆਂ ਤੇ ਆਉਂਦੇ ਜ਼ਮਾਨੇ ਕਰੀਬ ਕਰੀਬ ਆ ਗਏ ਨੇ ਹੁਣ ਜ਼ਰਾ ਇੰਤਖਾਬ ਮਾਲਿਕ ਦਾ ਵੇਖਿਆ ਦੇ ਅੱਲਾਹ ਜ਼ੁਲ ਜਲਾਲ ਵਲੀ ਕਰਾਮ ਨੇ ਮਸ਼ਰਕ ਤੋਂ ਲੈ ਕੇ ਮਗਰਬ ਤੱਕ ਸ਼ਿਮਾਲ ਤੋਂ ਲੈ ਕੇ ਜਨੂਬ ਤੱਕ ਰੂਹੇ ਜ਼ਮੀਨ ਤੋਂ ਸਾਰੀ ਕਾਇਨਾਤ ਵਿੱਚੋਂ ਬੜੇ ਬੜੇ ਆਲਾ ਬੜੇ ਬੜੇ ਅੱਛੇ ਬੜੇ ਬੜੇ ਸੋਹਣੇ ਬੜੇ ਬੜੇ ਖੂਬਰੂ ਬੜੇ ਬੜੇ ਖੂਬਸੂਰਤ ਨਸ਼ੇਬੀ ਇਲਾਕੇ ਵੀ ਨੇ ਪਹਾੜੀ ਇਲਾਕੇ ਵੀ ਨੇ ਯੂਰਪ ਦੇ ਸਰ ਸਬਜ਼ੋ ਸ਼ਾਦਾਬ ਪਹਾੜ ਵੀ ਨੇ ਪਰ ਮੈਂ ਕੁਰਬਾਨ ਜਾਵਾਂ ਉਹ ਮੱਕੇ ਦੇ ਸੁੱਕੇ ਸੜੇ ਪਹਾੜਾਂ ਦਾ ਅੱਲਾ ਨੇ ਇੰਤਖਾਬ ਫਰਮਾ ਲਿਆ ਰੂਵੇ ਜ਼ਮੀਨ ਚੋਂ ਮੱਕੇ ਦਾ ਇੰਤਖਾਬ ਕੀਤਾ ਔਰ ਸਾਰੇ ਮੱਕੇ ਚੋਂ ਅੱਲਾ ਨੇ ਆਮਿਨਾ ਦੀ ਗੋਦ ਦਾ ਇੰਤਖਾਬ ਕੀਤਾ ਬੀਬੀ ਆਮਿਨਾ ਦੀ ਗੋਦ ਦਾ ਇੰਤਖਾਬ ਫਰਮਾਇਆ ਮੇਰੇ ਪਾਕ ਪੈਗੰਬਰ ਅਲੈਹਿ ਸਲਾਤੋ ਵਸਲਾਮ ਆਪ ਦੁਨੀਆਂ ਤੇ ਤਸ਼ਰੀਫ ਲਿਆ ਰਹੇ ਨੇ ਮਾਲਕ ਦੀਆਂ ਮਰਜ਼ੀਆਂ ਨੇ ਅੱਲਾਹ ਜ਼ੁਲ ਜਲਾਲ ਵਾਲੀ ਕਰਾਮ ਨੇ ਨਿਜ਼ਾਮ ਜੋ ਐਸਾ ਬਣਾਇਆ ਸਰਦਾਰ ਅਬਦੁਲ ਮੁਤਲਬ ਦੇ ਜਿੰਨੇ ਬੇਟੇ ਨੇ ਉਹਨਾਂ ਸਾਰਿਆਂ ਚੋਂ ਸਭ ਤੋਂ ਛੋਟੇ ਜ
ਜਨਾਬੇ ਅਬਦੁੱਲਾ ਨੇ ਨਬੀ ਅਲੈਹਿ ਸਲਾਮ ਦੇ ਵਾਲਦ ਮੁਹਤਰਮ ਔਰ ਸੀਰਤ ਨਿਗਾਰਾਂ ਨੇ ਲਿਖਿਆ ਕਿ ਹੈ ਵੀ ਸਭ ਤੋਂ ਛੋਟੇ ਸਨ ਅਤੇ ਹੈ ਵੀ ਸਭ ਨਾਲੋਂ ਸੋਹਣੇ ਸਨ। ਜਨਾਬੇ ਅਬਦੁੱਲਾ ਹੈ ਵੀ ਸਭ ਤੋਂ ਛੋਟੇ, ਹੈ ਵੀ ਸਭ ਨਾਲੋਂ ਹਸੀਨੋ ਜਮੀਲ ਨੇ ਔਰ ਨਬੀ ਅਲੈਹਿ ਸਲਾਤੋ ਵਸਲਾਮ ਫਰਮਾਇਆ ਕਰਦੇ ਸਨ ਮੈਂ ਦੋ ਜ਼ਬੀਹਾਂ ਦੀ ਔਲਾਦ ਹਾਂ। ਇੱਕ ਜ਼ਬੀਹੁੱਲਾ ਨੇ ਜਨਾਬੇ ਇਸਮਾਈਲ ਅਲੈਹਿ ਸਲਾਮ, ਜਿਨ੍ਹਾਂ ਨੂੰ ਹਜ਼ਰਤ ਇਬਰਾਹੀਮ ਅਲੈਹਿ ਸਲਾਮ, ਮਾਰੂਫ ਕਿੱਸਾ ਕੁਰਾਨ ਨੇ ਵੀ ਬਿਆਨ ਫਰਮਾਇਆ ਕਿ ਅੱਲਾਹ ਦੇ ਆਰਡਰ ਅਤੇ ਹੁਕਮ ਨਾਲ ਆਪਣੇ ਬੇਟੇ ਦੇ ਗਲੇ 'ਤੇ ਛੁਰੀ ਰੱਖੀ ਅਤੇ ਅਰਸ਼ ਵਾਲੇ ਨੇ ਇਸਮਾਈਲ ਨੂੰ ਕੱਢ ਕੇ ਨੀਚੇ ਤੁੰਬਾ ਲਿਟਾ ਦਿੱਤਾ। ਫਰਮਾਇਆ ਮੈਂ ਇਸਮਾਈਲ ਦੀ ਲੜੀ 'ਚੋਂ ਹਜ਼ਰਤ ਇਸਹਾਕ ਅਲੈਹਿ ਸਲਾਮ ਔਰ ਹਜ਼ਰਤ ਇਸਮਾਈਲ ਅਲੈਹਿ ਸਲਾਮ, ਇਹ ਦੋਨੋਂ ਭਾਈ ਨੇ। ਹਜ਼ਰਤ ਇਸਮਾਈਲ ਬੜੇ ਨੇ, ਹਜ਼ਰਤ ਇਸਹਾਕ ਅਲੈਹਿ ਸਲਾਮ ਛੋਟੇ ਨੇ ਔਰ ਹਜ਼ਰਤ ਇਸਹਾਕ ਦੀ ਲੜੀ 'ਚੋਂ ਨਸਲ 'ਚੋਂ 2, 4, 5, 10 ਨਹੀਂ ਸੈਂਕੜੋ ਰੱਬ ਨੇ ਨਬੀ ਪੈਦਾ ਫਰਮਾਏ ਨੇ ਔਰ ਜਨਾਬੇ ਇਸਮਾਈਲ ਅਲੈਹਿ ਸਲਾਮ ਦੀ ਨਸਲ 'ਚੋਂ ਕੋਈ ਨਬੀ ਨਹੀਂ, ਸਿਰਫ ਇੱਕੋ ਹੀ ਹੈ, ਸਿਰਫ ਇੱਕੋ ਹੀ ਹੈ, ਇੱਕੋ ਹੀ ਹੈ ਅਤੇ ਹੈ ਸਾਰਿਆਂ ਦਾ ਹੀ ਸਰਦਾਰ ਹੈ, ਇੱਕੋ ਹੀ ਹੈ ਜਿਹਦਾ ਨਾਮ ਹੈ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਹੈ ਇੱਕ ਹੈ ਸਾਰਿਆਂ ਦੇ ਸਰਦਾਰ ਨੇ। ਜਨਾਬੇ ਇਸਮਾਈਲ ਅਲੈਹਿ ਸਲਾਤੁ ਵਸਲਾਮ, ਇੱਕ ਉਹ ਜ਼ਬੀਹੁੱਲਾ ਔਰ ਇੱਕ ਜਨਾਬੇ ਅਬਦੁੱਲਾ। ਜਨਾਬੇ ਅਬਦੁਲ ਮੁਤਲਬ ਨੇ, ਮੈਂ ਉਹਦੀ ਤਫਸੀਲ 'ਚ ਨਹੀਂ ਜਾਣਾ ਚਾਹੁੰਦਾ, ਜਨਾਬੇ ਅਬਦੁਲ ਮੁਤਲਬ ਨੇ ਇੱਕ ਨਜ਼ਰ ਮੰਨੀ ਸੀ ਕਿ ਅਗਰ ਮੈਨੂੰ ਅੱਲਾਹ ਨੇ ਇੰਨੇ ਬੇਟੇ ਅਤਾ ਫਰਮਾਏ ਅਤੇ ਮੈਂ ਇੱਕ ਬੇਟਾ ਅੱਲਾਹ ਦੇ ਰਾਹ 'ਚ ਜ਼ਬਾ ਕਰ ਦਿਆਂਗਾ। ਔਰ ਜਦੋਂ ਜ਼ਬਾ ਕਰਨ ਦੀ ਵਾਰੀ ਆਈ ਤੇ ਕੁਰਾ ਅੰਦਾਜ਼ੀ ਕੀਤੀ ਤੇ ਜਨਾਬੇ ਅਬਦੁੱਲਾ ਦਾ ਨਾਮ ਨਿਕਲ ਆਇਆ। ਇੱਕ ਦਫਾ, ਦੋ ਦਫਾ, ਤਿੰਨ ਦਫਾ ਕੁਰਾ ਅੰਦਾਜ਼ੀ ਕੀਤੀ, 4 ਦਫਾ ਕੀਤੀ, 10-10 ਊਂਟ ਜਿਹੜੇ ਉਸ ਦੌਰ ਦੇ ਕੋਈ ਸਿਆਣੇ ਸਨ, ਦਾਨਾ ਅਕਲਮੰਦ ਸਨ, ਉਹਨਾਂ ਦੇ ਕਹਿਣ ਤੇ 10 ਊਂਟ ਇੱਕ ਪਾਸੇ ਔਰ ਇੱਕ ਪਾਸੇ ਜਨਾਬੇ ਅਬਦੁੱਲਾ ਦਾ ਨਾਮ। ਕੁਰਾ ਅੰਦਾਜ਼ੀ ਕਰੋ, ਨਾਮ ਨਿਕਲਿਆ ਜਨਾਬੇ ਅਬਦੁੱਲਾ ਦਾ, ਫਿਰ 20 ਊਂਟ ਕਰ ਦਿਓ, ਫਿਰ ਨਾਮ ਨਿਕਲਿਆ ਜਨਾਬੇ ਅਬਦੁੱਲਾ ਦਾ, ਫਿਰ 3ਰੀ ਦਫਾ ਨਾਮ ਨਿਕਲਿਆ ਜਨਾਬੇ ਅਬਦੁੱਲਾ ਦਾ, ਕਹਿਣ ਲੱਗੇ 30 ਕਰ ਦਿਓ। ਹਰ ਵਾਰੀ ਕੁਰਾ ਅੰਦਾਜ਼ੀ 'ਚ ਨਾਮ ਜਨਾਬੇ ਅਬਦੁੱਲਾ ਦਾ ਨਿਕਲ ਰਿਹਾ, ਕਰਦਿਆਂ ਕਰਦਿਆਂ 100 ਊਂਟ ਬਣ ਗਏ। ਕਿੰਨੇ? 100 ਊਂਟ। 100 ਊਂਟ ਤੋਂ ਬਾਅਦ ਫਿਰ ਊਂਟਾਂ ਦਾ ਕੁਰਾਨ ਨਿਕਲਿਆ। ਉਸ ਦੌਰ ਤੋਂ ਲੈ ਕੇ ਖੂਨ ਬਹਾਦੀਅਤ ਜਿਹੜੀ ਹੈ ਉਹ 100 ਊਂਟ ਹੈ ਔਰ ਇਸੇ 100 ਊਂਟ ਨੂੰ ਇਸਲਾਮ ਨੇ ਵੀ ਬਰਕਰਾਰ ਰੱਖਿਆ। ਹੁਣ ਅਗਰ ਕੋਈ ਬੰਦਾ ਕਿਸੇ ਨੂੰ ਕੋਈ ਕਤਲ ਕਰਦਾ ਔਰ ਮਕਤੂਲ ਉਹਦੀ ਦੀਅਤ ਲਵੇ ਤੇ 100 ਊਂਟ ਦੀ ਕੀਮਤ ਜਾਂ 100 ਊਂਟ ਉਹਦੀ ਦੀਅਤ ਇਹ ਇਸਲਾਮ ਨੇ ਮੁਕਰਰ ਕੀਤੀ ਹੈ। ਨਬੀ ਅਲੈਹਿ ਸਲਾਮ ਫਰਮਾਇਆ ਕਰਦੇ ਸਨ ਇੱਕ ਮੇਰਾ ਬਾਪ ਜ਼ਬੀਹੁੱਲਾ ਇਸਮਾਈਲ ਹੈ ਔਰ ਇੱਕ ਮੇਰਾ ਬਾਪ ਜ਼ਬੀਹੁੱਲਾ ਜਨਾਬੇ ਅਬਦੁੱਲਾ ਨੇ। ਅੱਲਾ ਅੱਲਾ
ਮਰਜ਼ੀਆਂ ਮੇਰੇ ਰੱਬ ਦੀਆਂ, ਜਨਾਬੇ ਅਬਦੁੱਲਾ ਦੀ ਸ਼ਾਦੀ ਹੋ ਗਈ ਬੀਬੀ ਆਮਿਨਾ ਬਿੰਤੇ ਵਾਹਬ ਦੇ ਨਾਲ। ਅਜੇ ਥੋੜ੍ਹਾ ਹੀ ਅਰਸਾ ਹੋਇਆ ਸ਼ਾਦੀ ਹੋਈ ਨੂੰ, ਅਤੇ ਜਨਾਬੇ ਅਬਦੁੱਲਾ ਪਿਆਰੇ ਪੈਗੰਬਰ ਅਲੀ ਸਲਾਮ ਦੇ ਵਾਲਦੇ ਗਿਰਾਮੀ ਆਪ ਮੁਲਕੇ ਸ਼ਾਮ ਦੀ ਤਰਫੇ ਤਜਾਰਤ ਦਾ ਸਮਾਨ ਲੈ ਕੇ ਕਾਫਲੇ ਨਾਲ ਗਏ। ਯਾ ਯਸਰਬ, ਉਸ ਦੌਰ ਦਾ ਯਸਰਬ, ਬਾਅਦ ਦੇ ਅੰਦਰ ਮਦੀਨਾ, ਮਦੀਨੇ ਦੇ ਅੰਦਰ ਮਾਲੇ ਤਜਾਰਤ ਦੇ ਕੇ ਜਨਾਬੇ ਅਬਦੁਲ ਮੁਤਲਬ ਨੇ ਆਪਣੇ ਬੇਟੇ ਸਭ ਤੋਂ ਛੋਟੇ ਜਨਾਬੇ ਅਬਦੁੱਲਾ ਨੂੰ ਅਲਵਿਦਾ ਕੀਤਾ। ਕਾਮੋ ਕੀ ਵਾਲਿਓ, ਮਰਜ਼ੀਆਂ ਤੇ ਮੇਰੇ ਰੱਬ ਦੀਆਂ ਚੱਲਦੀਆਂ ਨੇ, ਉਹਨੂੰ ਕੌਣ ਆਖੇ ਅੱਲਾ ਇੰਜ ਨਹੀਂ ਤੇ ਇੰਜ ਕਿਉਂ ਕੀਤੇ। ਜਨਾਬੇ ਅਬਦੁੱਲਾ ਗਿਆ ਤੇ ਯਸਰਬ ਦੇ ਅੰਦਰ ਪਹੁੰਚੇ ਨਾ, ਉੱਥੇ ਤਬੀਅਤ ਖਰਾਬ ਹੋਈ ਤੇ ਉੱਥੇ ਹੀ ਆਪਣੇ ਅੱਲਾ ਨਾਲ ਮੁਲਾਕਾਤਾਂ ਕਰ ਲੈਂਦੇ ਨੇ। 25 ਸਾਲ ਦੀ ਉਮਰ ਜਨਾਬੇ ਅਬਦੁੱਲਾ ਦੇ, ਯਾਨੀ ਨਬੀ ਪਾਕ ਅਲੈਹਿ ਸਲਾਮ ਦੇ ਵਾਲਦੇ ਮੁਹਤਰਮ ਦੇ 25 ਸਾਲ ਦੀ ਉਮਰ ਅੰਦਰ ਜਨਾਬੇ ਅਬਦੁੱਲਾ ਯਸਰਬ ਦੇ ਅੰਦਰ ਜਾ ਕੇ ਵਫਾਤ ਪਾ ਜਾਂਦੇ ਨੇ। ਹੁਣ ਜ਼ਰਾ ਅੰਦਾਜ਼ਾ ਫਰਮਾਓ ਨਾ, ਉਹ ਤੇ ਯਸਰਬ ਦੇ ਅੰਦਰ ਵਫਾਤ ਪਾ ਗਿਆ, ਇੱਧਰ ਮੱਕੇ ਦੀ ਹਾਲਤ ਤੇ ਕੈਫੀਅਤ ਕੀ ਹੋਏਗੀ। ਉਸ ਬਾਪ ਕੋਲੋਂ ਪੁੱਛੋ ਨਾ ਜਿਹਦਾ 25 ਸਾਲਾਂ ਦਾ ਜਵਾਨ ਬੇਟਾ ਦੁਨੀਆ ਤੋਂ ਚਲਾ ਜਾਏ। ਉਸ ਬਾਪ ਦੇ ਕਲੇਜੇ ਤੇ ਆਰੀਆਂ ਚੱਲ ਜਾਂਦੀਆਂ ਨੇ, ਜਨਾਬੇ ਸਰਦਾਰ ਅਬਦੁੱਲ ਮੁਤਲਬ ਦੀਆਂ ਅੱਖਾਂ ਬਰਸ ਰਹੀਆਂ ਨੇ। ਬੇਟਾ ਜਵਾਨੀ ਦੇ ਆਲਮ ਆਪਣੇ ਮਾਲਿਕ ਦੇ ਹਜ਼ੂਰ ਪਹੁੰਚ ਚੁੱਕਾ, ਔਰ ਇਹ ਤੇ ਅੱਲਾ ਕੋਲ ਇਖਤਿਆਰ ਹੈ। ਬਚਪਨ ਦੇ ਅੰਦਰ ਬੁਲਾ ਲੈ ਤੇ ਤਾਂ ਉਹਦੀਆਂ ਮਰਜ਼ੀਆਂ, ਲੜਕਪਨ 'ਚ ਬੁਲਾ ਲੈ ਤੇ ਤਾਂ ਉਹਦੀਆਂ ਮਰਜ਼ੀਆਂ, ਜਵਾਨੀ 'ਚ ਲੈ ਜਾ ਤੇ ਤਾਂ ਉਹਦੀਆਂ ਮਰਜ਼ੀਆਂ, ਬੁਢਾਪੇ 'ਚ ਤੇ ਫਿਰ ਜਾਣਾ ਹੀ ਜਾਣਾ। ਜਨਾਬੇ ਅਬਦੁੱਲਾ 25 ਸਾਲ ਦੀ ਭਰਪੂਰ ਜਵਾਨੀ ਦੇ ਅੰਦਰ ਆਪ ਦੁਨੀਆਂ ਦਾ ਸਫ਼ਰ ਮੁਕਾ ਜਾਂਦੇ ਨੇ। ਖਬਰਾਂ ਮੱਕਾ ਪਾਕ ਦੇ ਅੰਦਰ ਵੀ ਆ ਪਹੁੰਚੀਆਂ ਨੇ। ਸਰਦਾਰ ਅਬਦੁੱਲ ਮੁਤਲਬ ਆਪਣੀ ਜਗ੍ਹਾ ਪਰੇਸ਼ਾਨ ਨੇ, ਆਪਣੀ ਅੱਖਾਂ 'ਚੋਂ ਆਂਸੂ ਬਹਾ ਰਹੇ ਨੇ। ਉਹਨਾਂ ਦਾ ਗਮ ਆਪਣੀ ਜਗ੍ਹਾ, ਉਹਨਾਂ ਦਾ ਸਦਮਾ ਆਪਣੀ ਜਗ੍ਹਾ, ਬਾਪ ਜੋ ਹੈ ਅਤੇ ਇੱਕ ਬੇਵਾ ਖਾਤੂਨ ਵੀ ਜਨਾਬੇ ਅਬਦੁੱਲਾ ਛੱਡ ਕੇ ਗਏ ਨੇ, ਜਿਹਦਾ ਨਾਮ ਬੀਬੀ ਆਮਿਨਾ ਹੈ। ਬੀਬੀ ਆਮਿਨਾ ਭਰੀ ਜਵਾਨੀ ਅੰਦਰ ਬੇਬਗੀ ਦਾ ਸਦਮਾ ਸਹਿਣਾ ਪੈ ਗਿਆ, ਸਿਰ ਤੋਂ ਖਾਮਨ ਦਾ ਸਾਇਆ ਉੱਠ ਗਿਆ। ਕਾਮੋ ਕੀ ਵਾਲਿਓ, ਮੈਂ ਕਹਾ ਕਰਨਾ ਵਾਂ, ਜਿਸ ਮੇਰੀ ਭੈਣ ਦੇ ਸਿਰ ਤੋਂ ਖਾਮਨ ਦਾ ਸਾਇਆ ਉੱਠ ਜਾਏ ਉਹਦੀ ਜ਼ਿੰਦਗੀ ਵੀਰਾਨ ਹੋ ਜਾਂਦੀ ਹੈ, ਜਿਸ ਬੇਟੀ ਦੇ ਸਿਰ ਤੋਂ ਖਾਮਨ ਦਾ ਸਾਇਆ ਉੱਠ ਜਾਏ, ਇੰਜ ਸਮਝੋ ਉਹ ਤਪਦੀ ਸਹਰਾ ਅੰਦਰ ਅਕੇਲੀ ਖੜੀ ਹੈ। ਉਹਨੂੰ ਆਪਣੀ ਇੱਜ਼ਤ ਦੇ ਲਾਲੇ ਪੈ ਜਾਂਦੇ ਨੇ, ਜਿਹਦੇ ਸਿਰ ਤੋਂ ਸ਼ੌਹਰ ਦਾ ਸਾਇਆ ਉੱਠ ਜਾਏ, ਇੰਜ ਸਮਝੋ ਵਿਚਾਰੀ ਬਾਦਸ਼ਾਹੀ ਦੇ ਤਖ਼ਤ ਤੋਂ ਹੀ ਥੱਲੇ ਡਿੱਗ ਪਈ ਹੈ। ਅੱਲਾ ਅੱਲਾ, ਬੀਬੀ ਆਮਿਨਾ ਤੱਕ ਵੀ ਖਬਰਾਂ ਪਹੁੰਚੀਆਂ ਨੇ। ਅਜੀਬ ਇਸ ਬੇਵਾ ਦੀ ਕੈਫੀਅਤ, ਉਸ ਖਾਮਨ ਦੀ ਇੱਕ ਨਿਸ਼ਾਨੀ ਇਹਦੇ ਬਤਨ ਦੇ ਅੰਦਰ ਮੌਜੂਦ ਹੈ। ਔਰ ਮੈਂ ਤੇ ਸੋਚ ਰਿਹਾ
ਰਿਹਾ ਸਾਂ, ਆਮਿਨਾ ਦੀ ਕੀ ਕੈਫੀਅਤ ਹੋਏਗੀ? ਕਦੀ ਤੇ ਆਪਣੇ ਸ਼ੌਹਰ ਦੀਆਂ ਜੁਦਾਈਆਂ ਨੂੰ ਯਾਦ ਕਰਕੇ ਰਾਤ ਦੇ ਅੰਧੇਰੇ ਅੱਜ ਕਿਤੇ ਬਹਿ ਕੇ ਰੋ ਲੈਂਦੀ ਹੋਏਗੀ? ਕਦੀ ਆਪਣੇ ਖਾਵਨ ਦੀ ਜੁਦਾਈ ਦੇ ਸਦਮੇ ਅੰਦਰ ਅੱਖਾਂ ਚੋਂ ਆਂਸੂ ਬਹਾਉਂਦੀ ਹੋਏਗੀ? ਤੇ ਕਦੀ ਇਕੱਲਿਆਂ ਬਹਿ ਕੇ ਆਪਣੇ ਖਾਵਨ ਦੀ ਨਿਸ਼ਾਨੀ ਆਪਣੇ ਬਤਨ ਦੇ ਅੰਦਰ ਮਹਿਸੂਸ ਕਰਕੇ ਮੁਸਕਰਾ ਵੀ ਲੈਂਦੀ ਹੋਏਗੀ? ਅੱਲਾ ਦੀਆਂ ਮਰਜ਼ੀਆਂ ਆਮਿਨਾ ਦੇ ਦੁਰੇ ਯਤੀਮ ਅਲੈਹਿ ਸਲਾਮ ਆਪ ਦੀ ਆਮਦ ਆਮਦ ਦਾ ਵੇਲਾ ਕਰੀਬ ਆ ਰਿਹਾ। ਅੱਲਾ ਮੈਂ ਤੇਰੀਆਂ ਕੁਦਰਤਾਂ ਤੋਂ ਸਦਕੇ ਤੇ ਹਿਕਮਤਾਂ ਤੋਂ ਕੁਰਬਾਨ ਜਾਵਾਂ। ਫਿਰ ਬਿਲਾਖਰ ਨਬੀ ਪਾਕ ਅਲੈਹਿ ਸਲਾਤੋ ਵਸਲਾਮ ਆਪ ਬੀਬੀ ਆਮਿਨਾ ਦੀ ਗੋਦ ਅੰਦਰ ਤਸ਼ਰੀਫ ਲੈ ਆਏ ਨੇ। ਮੱਕੇ ਦੇ ਅੰਦਰ ਖੁਸ਼ੀਆਂ ਦਾ ਸਮਾਂ ਪੈਦਾ ਹੋ ਗਿਆ। ਤੁਹਾਨੂੰ ਪਤਾ ਨਾ, ਜਿਹੜਾ ਇੰਜ ਦਾ ਘਰ ਹੋਏ ਲੋਕਾਂ ਦੀ ਨਜ਼ਰ ਹੁੰਦੀ ਏ ਇਸ ਬੇਵਾ ਨੂੰ ਅੱਲਾ ਕਿਸ ਦੌਲਤ ਨਾਲ ਮਾਲਾ ਮਾਲ ਕਰਦੇ ਨੇ। ਖੁਸ਼ੀ ਖੁਸ਼ੀ ਖਾਨਦਾਨ ਦੇ ਅੰਦਰ, ਖਾਨਦਾਨ ਦੇ ਅੰਦਰ ਮੁਸਰਤਾਂ ਸ਼ਾਦਮਾਨੀਆਂ ਨੇ। ਅਬੂ ਲਾਬ ਨਬੀ ਪਾਕ ਅਲੈਹਿ ਸਲਾਮ ਦਾ ਸਕਾ ਚਾਚਾ, ਖੁਸ਼ੀ ਦੀ ਇੰਤਿਹਾ ਨਹੀਂ ਰਹੀ। ਤੇ ਜਿਹੜੀ ਲੌਂਡੀ ਨੇ ਆ ਕੇ ਖੁਸ਼ਖਬਰੀਆਂ ਦਿੱਤੀਆਂ ਨੇ, ਖੁਸ਼ੀ ਵਿੱਚ ਆ ਕੇ ਉਸ ਲੌਂਡੀ ਨੂੰ ਆਜ਼ਾਦ ਕਰ ਦਿੱਤਾ। ਯਾਰ ਇੱਕ ਗੱਲ ਹੋਰ ਵੀ ਸੁਣ ਲਓ, ਇਹ ਖੁਸ਼ੀ ਜਿਹੜੀ ਅਬੂ ਲਾਹਬ ਨੇ ਮਨਾਈ ਏ, ਇਹ ਬਹਿਸੀਅਤ ਏ ਮੁਹੰਮਦ ਬਿਨ ਅਬਦੁੱਲਾ ਏ। ਇਹ ਕੋਈ ਬਦਬਖਤ ਚਾਚਾ, ਜਦੋਂ ਮੇਰੇ ਆਕਾ ਬਹਿਸੀਅਤ ਰਸੂਲੁੱਲਾ ਆਏ ਨੇ ਤੇ ਸਭ ਤੋਂ ਪਹਿਲਾਂ ਗੁਸਤਾਖੀ ਵੀ ਇਸੇ ਬਦਬਖਤ ਨੇ ਕੀਤੀ ਏ। ਖਬਰਾਂ ਜਨਾਬੇ ਸਰਦਾਰ ਅਬਦੁਲ ਮੁਤਲਬ ਤੱਕ ਪਹੁੰਚਦੀਆਂ ਨੇ। ਸਰਦਾਰ ਅੱਲਾ ਨੇ ਮਿਹਰਬਾਨੀਆਂ ਕੀਤੀਆਂ ਨੇ, ਰਹਿਮਤਾਂ ਫਰਮਾਈਆਂ ਨੇ। ਅਬਦੁੱਲਾ ਦਾ ਉਜੜਿਆ ਬਾਗ ਅੱਲਾ ਨੇ ਅੱਜ ਨਵੇਂ ਸਿਰੇ ਹਰਿਆ ਭਰਿਆ ਫਰਮਾ ਦਿੱਤਾ ਹੈ। ਉਹ ਸੁੱਕੀਆਂ ਟਹਿਣੀਆਂ ਨੂੰ ਅੱਲਾਹ ਜ਼ੁਲ ਜਲਾਲ ਨੇ ਹਰਿਆਂ ਭਰਿਆਂ ਫਰਮਾ ਦਿੱਤਾ। ਅੱਜ ਉਹਨਾਂ ਸੁੱਕੀਆਂ ਟਹਿਣੀਆਂ ਚੋਂ ਨਵੀਂ ਕੌਂਪਲਾਂ ਫੁੱਟ ਪਈਆਂ ਨੇ। ਖਿਜ਼ਾਰ ਸੀਦਾ ਬਾਗ ਤੇ ਅੱਲਾ ਨੇ ਬਹਾਰਾਂ ਪੈਦਾ ਫਰਮਾ ਦਿੱਤੀਆਂ ਨੇ। ਸਰਦਾਰ ਅਬਦੁੱਲ ਮੁਤਲਬ ਜਲਦੀ ਜਲਦੀ ਤੇਜ਼ ਤੇਜ਼ ਕਦਮ ਉਠਾ ਕੇ ਆ ਰਹੇ ਨੇ। ਮੇਰੇ ਪਾਕ ਪੈਗੰਬਰ ਅਲੈਹਿ ਸਲਾਤੋ ਵਸਲਾਮ ਆਪ ਦੇ ਦਰੇ ਦੌਲਤ ਤੇ ਆਏ ਨੇ। ਆਪ ਦਰਵਾਜ਼ਾ ਖਟਖਟ ਆਇਆ, ਅੰਦਰ ਲੈ ਗਿਆ ਤਸ਼ਰੀਫ ਤੇ ਬੀਬੀ ਆਮਿਨਾ ਦੇ ਸਿਰ ਤੇ ਇੰਜ ਮੁਹੱਬਤ ਤੇ ਸ਼ਫਕਤ ਦਾ ਹੱਥ ਰੱਖਿਆ ਤੇ ਆਮਿਨਾ ਦੇ ਸਬਰ ਦੇ ਬੰਧਨ ਟੁੱਟ ਜਾਂਦੇ ਨੇ। ਸਾਰੋ ਕਿਤਾਰ ਅੱਖਾਂ ਬਰਸ ਪੈਂਦੀਆਂ ਨੇ ਤੇ ਅਰਜ਼ ਕਰਦੀਆਂ ਨੇ, ਸਰਦਾਰ ਜੀ ਕਾਸ਼ ਮੇਰੇ ਲਾਲ ਦਾ ਅੱਜ ਅੱਬੂ ਵੀ ਕਿਤੇ ਜ਼ਿੰਦਾ ਹੁੰਦਾ। ਸਰਦਾਰ ਕਾਸ਼ ਅੱਜ ਮੇਰਾ ਸਰਤਾਜ ਸਿਰ ਤੇ ਹੁੰਦਾ, ਆਪਣੇ ਬੇਟੇ ਨੂੰ ਝੋਲੀ ਚੁੱਕਦਾ ਤੇ ਠੰਡ ਮੇਰੇ ਕਲੇਜੇ ਪੈਂਦੀ। ਬਾਪ ਆਪਣੇ ਬੇਟੇ ਨੂੰ ਸੀਨੇ ਨਾਲ ਲਗਾਏ ਤੇ ਮਾਂ ਦੇ ਕਲੇਜੇ ਠੰਡ ਪੈ ਜਾਂਦੀ ਏ। ਸਰਦਾਰ ਕਾਸ਼ ਅੱਜ ਮੇਰਾ ਅਜ਼ੀਮ ਸ਼ੌਹਰ ਮੇਰੇ ਸਿਰ ਤੇ ਹੁੰਦਾ
ਤੇ ਇਸ ਲਾਲ ਨੂੰ ਵੇਖ ਕੇ ਕਿੰਨੀਆਂ ਖੁਸ਼ੀਆਂ ਮਹਿਸੂਸ ਕਰਦਾ। ਉਧਰੋਂ ਆਮਿਨਾ ਦੀਆਂ ਅੱਖਾਂ ਬਰਸ ਰਹੀਆਂ ਨੇ ਤੇ ਉਧਰੋਂ ਜਨਾਬੇ ਅਬਦੁਲ ਮੁਤਲਬ ਦੀਆਂ ਅੱਖਾਂ ਚੋਂ ਆਂਸੂ ਵਹਿ ਰਹੇ ਨੇ। ਅੱਜ ਮੇਰੇ ਮਹਿਬੂਬ ਦੇ ਚਿਹਰੇ ਪਾਉਣ ਤੋਂ ਕੱਪੜਾ ਹਟਾਇਆ ਤੇ 25 ਸਾਲਾਂ ਦਾ ਅਬਦੁੱਲਾ ਇਸ ਮਾਸੂਮ ਚਿਹਰੇ ਚੋਂ ਮਹਿਸੂਸ ਹੋ ਰਿਹਾ। ਜਨਾਬੇ ਅਬਦੁਲ ਮੁਤਲਬ ਨੇ ਅੱਜ ਮੇਰੇ ਮਹਿਬੂਬ ਨੂੰ ਉਠਾਇਆ, ਸੀਨੇ ਨਾਲ ਲਾਇਆ ਤੇ ਕਾਬਾਤੁੱਲਾ ਤਸ਼ਰੀਫ ਲੈ ਜਾਂਦੇ ਨੇ, ਨਾਲੇ ਬੈਤੁੱਲਾ ਦੇ ਤਵਾਫ ਕਰਦੇ ਨੇ, ਨਾਲੇ ਰੱਬ ਕੋਲੋਂ ਮੁਸਤਫਾ ਦੀ ਲੰਬੀ ਉਮਰ ਦੀਆਂ ਦੁਆਵਾਂ ਕਰਦੇ ਨੇ। ਬੈ ਮੇਰੇ ਭਾਈ ਮੇਰੇ ਬਰਾਦਰ, ਮਰਜ਼ੀਆਂ ਰੱਬ ਦੀਆਂ ਨੇ। ਜਨਾਬੇ ਆਮਿਨਾ ਦੀ ਗੋਦ ਅੰਦਰ ਮੁਸਤਫਾ ਅਲੈਹਿ ਸਲਾਤੁ ਵਸਲਾਮ ਤਸ਼ਰੀਫ ਫਰਮਾ ਨੇ। ਹੁਣ ਅਰਬ ਦੇ ਰਿਵਾਜ, ਅਰਬ ਦੇ ਤਰੀਕੇ ਦੇ ਮੁਤਾਬਕ ਇਰਦਾ ਗਿਰਦ ਤੋਂ ਦਾਈਆਂ ਆ ਰਹੀਆਂ ਨੇ, ਬੱਚੇ ਲੈਣ ਵਾਸਤੇ ਦਾਈਆਂ ਆ ਰਹੀਆਂ ਨੇ। ਇਹਨਾਂ ਦੇ ਕੁਛ ਫਾਇਦੇ ਬੱਚੇ ਵਾਲਿਆਂ ਨੂੰ ਨੇ ਤੇ ਕੁਛ ਫਾਇਦੇ ਬੱਚੇ ਲਿਜਾਣ ਵਾਲਿਆਂ ਨੂੰ। ਕਬੀਲਾ ਸਾਧ ਦੇ ਇਲਾਕੇ ਚੋਂ ਇਹ ਕਬੀਲਾ ਸਾਧ ਜਾਂ ਬਣੀ ਸਾਧ ਮੱਕਾ ਪਾਕ ਤੋਂ ਤਾਇਫ ਦਾ ਸਫ਼ਰ ਕੋਈ 90-95 ਕਿਲੋਮੀਟਰ ਹੈ। ਤਾਇਫ ਤੋਂ ਕੋਈ ਇੰਨਾ ਹੀ ਤਕਰੀਬਨ ਸਫ਼ਰ ਅੱਗੇ ਬਣੀ ਸਾਧ ਦਾ ਇਲਾਕਾ ਹੈ। ਅਗਰ ਵਿੱਚੋਂ ਕੋਈ ਸ਼ਾਰਟਕਟ ਰਸਤਾ ਹੋਏ ਤੇ ਤਦ ਵੀ ਕਿੰਨਾ ਕੁ ਸ਼ਾਰਟ ਹੋ ਸਕਦਾ, ਲੰਬਾ ਸਫ਼ਰ ਹੈ। ਬਣੀ ਸਾਧ ਦੇ ਇਲਾਕੇ ਚੋਂ ਦਾਈਆਂ ਆ ਰਹੀਆਂ ਨੇ, ਟੁਰੀਆਂ ਤੇ ਇਕੱਠੀਆਂ ਹੀ ਨੇ ਤੇ ਹਲੀਮਾ ਫਰਮਾਉਂਦੀਆਂ ਨੇ, ਮੇਰੇ ਕੋਲ ਇੱਕ ਗਦੀ ਸੀ, ਦੋ ਜੀ ਨੇ, ਇੱਕ ਛੋਟਾ ਜਿਹਾ ਬੱਚਾ ਗਦੀ ਤੇ ਸਵਾਰ ਨੇ ਤੇ ਨਾਲ ਇੱਕ ਦੁੱਧ ਦੇਣ ਵਾਲੀ ਡਾਚੀ ਏ। ਭੁੱਖਾਂ ਦੀ ਮਾਰੀ ਕੈਤ ਜ਼ਦਾ ਇਲਾਕਾ, ਬਾਰਿਸ਼ਾਂ ਬੰਦ ਹੋ ਚੁੱਕੀਆਂ ਨੇ, ਆਉਂਦੀਆਂ ਨੇ, ਅਸੀਂ ਆਪਣੇ ਕਾਫਲੇ ਦੇ ਨਾਲ ਚੱਲ ਪੈਂਦੇ ਹਾਂ ਤੇ ਕਾਫਲੇ ਦੇ ਲੋਕਾਂ ਨੇ ਕੋਈ 1-2-4 ਵਾਰ ਇੰਤਜ਼ਾਰ ਕੀਤਾ, ਉਹ ਇਹਨਾਂ ਦੀ ਸਵਾਰੀ ਕਮਜ਼ੋਰ ਹੈ, ਚਲੋ ਇਹਨੂੰ ਵੀ ਨਾਲ ਮਿਲਾ ਲਓ, ਠਹਿਰ ਜਾਓ ਜ਼ਰਾ ਇਹਨੂੰ ਨਾਲ ਮਿਲਾ ਲਓ। ਤੇ ਕਿੰਨਾ ਕੁ ਮਾੜਿਆਂ ਦਾ ਕੋਈ ਖਿਆਲ ਕਰ ਸਕਦਾ। ਬਿਲਾਖਰ ਕਾਫਲੇ ਵਾਲੀਆਂ ਸਾਰੀਆਂ ਦਾਈਆਂ ਇਹਨਾਂ ਨੂੰ ਇੱਥੇ ਛੱਡਿਆ, ਆ ਮੱਕਾ ਪਾਕ ਆ ਜਾਂਦੀਆਂ ਨੇ। ਘਰਾਂ 'ਚੋਂ ਬੱਚੇ ਬੜੇ ਬੜੇ ਸਰਦਾਰਾਂ ਦੇ ਘਰਾਂ 'ਚੋਂ ਬੱਚੇ ਲੈ ਰਹੀਆਂ ਨੇ ਤੇ ਆਈਆਂ ਨੇ ਦਰੇ ਮੁਸਤਫਾ ਤੇ ਵੀ ਸੱਲੱਲਾਹੋ। ਆ ਬੂਆ ਖੜਕਾਇਆ, ਬੀਬੀ ਸੁਣਿਆ ਤੁਹਾਡੇ ਕੋਲ ਵੀ ਮੁੰਡਾ ਹੈ ਵੇ? ਫਰਮਾ ਹਾਂ ਹੈ ਵੇ। ਇਹਦਾ ਅੱਬੂ ਕੀ ਕੰਮ ਕਰਦਾ? ਤੇ ਬੀਬੀ ਆਮਿਨਾ ਦੇ ਕਲੇਜੇ ਰੁਗ ਪੈਂਦਾ, ਫਰਮਾਉਂਦੀਆਂ ਨੇ ਬੱਚਾ ਤੇ ਯਤੀਮ ਇੱਕ ਆਈ ਛੱਡ ਕੇ ਚਲੀ ਗਈ, ਦੂਜੀ ਆਈ ਯਤੀਮ ਸਮਝ ਕੇ ਚਲੀ, ਇੱਥੋਂ ਕੀ ਲੱਭਣਾ? ਮਾੜਿਆਂ ਦਾ ਘਰ ਏ, ਬਾਪ ਹੀ ਕੋਈ ਨਹੀਂ ਤੇ ਸਾਨੂੰ ਇਹਨਾਂ ਕੋਲੋਂ ਲੱਭਣਾ ਕੀ ਹੈ? ਇਨਾਮ ਕੇ ਨਾਮ ਕੀ ਮਿਲੇਗਾ? ਕਿਸੇ ਵੱਡੇ ਸਰਦਾਰ ਲੀਡਰ ਦੇ ਘਰ ਦਾ ਬੱਚਾ ਹੋਏ, ਚਲੋ ਫਾਇਦਾ ਵੀ ਹੋਏਗਾ। ਇੱਕ ਆਈ ਛੱਡ ਗਈ, ਦੂਜੀ ਛੱਡ ਗਈ,
ਤੀਜੀ ਛੱਡ ਗਈ, ਚੌਥੀ ਛੱਡ ਗਈ। ਇਮਾਨ ਨਾ ਦੱਸੋ, ਜਿਹੜੀਆਂ ਛੱਡ ਗਈਆਂ ਨੇ ਉਹਨਾਂ ਦਾ ਨਾਂ ਕਿਸੇ ਨੂੰ ਆਉਂਦਾ? ਅੱਲਾ ਛੱਡ ਕੇ ਜਾ ਰਹੀਆਂ ਨੇ, ਫਰਮਾਇਆ ਨਹੀਂ, ਇਹ ਨਹੀਂ ਛੱਡ ਕੇ ਜਾ ਰਹੀਆਂ, ਮੈਂ ਆਪ ਇਹਨਾਂ ਨੂੰ ਤਰੇ ਮੁਸਤਫਾ ਤੋਂ ਪਿੱਛੇ ਹਟਾ ਰਿਹਾ ਹਾਂ। ਵਜ੍ਹਾ ਕੀ ਹੈ? ਫਰਮਾਇਆ ਇਹਨਾਂ ਦੀ ਗੋਦ ਇਸ ਕਾਬਲ ਹੀ ਨਹੀਂ ਕਿ ਮੇਰਾ ਮਹਿਬੂਬ ਇਸ ਗੋਦ ਵਿੱਚ ਪਰਵਸ਼ ਪਾ ਸਕੇ। ਓਏ ਅੱਜ ਵੇਖ ਲਓ, ਜਿੰਨੀਆਂ ਆਈਆਂ ਮੁੜ ਕੇ ਗਈਆਂ, ਯਤੀਮ ਸਮਝ ਕੇ ਛੱਡ ਕੇ ਚਲੀਆਂ ਗਈਆਂ, ਅੱਜ ਕਿਸੇ ਦਾ ਨਾਮ ਕਿਸੇ ਨੂੰ ਪਤਾ ਨਹੀਂ। ਤੇ ਨਿੱਕੇ ਜਿਹੇ ਬੱਚੇ ਨੂੰ ਵੀ ਪੁੱਛ ਲਓ, ਨਬੀ ਦੀ ਦਾਈ ਦਾ ਨਾਂ ਕੀ ਏ? ਤੇ ਦੱਸੇਗਾ ਉਹਦਾ ਨਾਮ ਹਲੀਮਾ ਏ, ਉਹਦਾ ਨਾਮ ਹਲੀਮਾ ਏ। ਪਿਆਰੇ ਪੈਗੰਬਰ ਅਲੈਹਿ ਸਲਾਤੋ ਵਸਲਾਮ, ਆਪ ਨੂੰ ਦਾਈਆਂ ਛੱਡ ਗਈਆਂ, ਬੱਚੇ ਵੱਡੇ ਘਰਾਂ ਦੇ ਲੈ ਗਈਆਂ, ਤੇ ਬੀਬੀ ਹਲੀਮਾ ਸਭ ਤੋਂ ਆਖਰ ਆਈਆਂ। ਇੱਕ ਦੋ ਤਿੰਨ ਚਾਰ ਕਈ ਘਰ ਵੇਖੇ ਤੇ ਬੱਚਾ ਕੋਈ ਨਹੀਂ ਲੱਭਾ। ਖਾਮਦ ਨੂੰ ਕਹਿਣ ਲੱਗੀ, ਹਾਰਸ ਮੇਰੇ ਆ ਸਿਰ ਦੇ ਅਸਾਈਆਂ, ਬੱਚਾ ਤੇ ਹੈ ਕੋਈ ਨਹੀਂ। ਤੇ ਸੁਣਿਆ ਇੱਕ ਯਤੀਮ ਬੱਚਾ ਜਿਹਨੂੰ ਸਾਰੀਆਂ ਦਾਈਆਂ ਛੱਡ ਕੇ ਟੁਰ ਗਈਆਂ ਨੇ, ਇਜਾਜ਼ਤ ਦੇਵੇਂ ਤੇ ਮੈਂ ਉਹਨੂੰ ਹੀ ਚੁੱਕ ਕੇ ਤੇ ਦਰਵਾਜ਼ੇ ਤੇ ਹਲੀਮਾ ਸਾਦੀਆ ਚਲੀ ਗਏ। ਦਰਵਾਜ਼ਾ ਖਟਖਟਾਇਆ, ਬੀਬੀ ਸੁਣਿਆ ਤੁਹਾਡੇ ਵੱਲ ਵੀ ਬੱਚਾ ਹੈ ਵੇ? ਜੀ ਹੈ ਵੇ। ਪਰ ਬੀਬੀ ਦਾਈ ਫੇਰ ਨਾ ਕੀ ਦੱਸਿਆ ਨਹੀਂ ਸੀ, ਬੱਚਾ ਹੈ ਵੇ ਪਰ ਹੈ ਯਤੀਮ, ਬੱਚਾ ਹੈ ਵੇ ਪਰ ਹੈ ਯਤੀਮ। ਮੇਰੇ ਆਕਾ ਦੀ ਮਾਂ ਨੇ ਦਰਵਾਜ਼ਾ ਖੋਲਿਆ, ਹਲੀਮਾ ਸਾਦੀਆ ਆਈ। ਆਮੀਨਾ, ਜ਼ਰਾ ਵਖਾ ਤੇ ਸਹੀ, ਚਿਹਰਾ ਵਖਾ ਤੇ ਸਹੀ। ਐਜ ਮਹਿਬੂਬ ਦੇ ਚਿਹਰਾ ਪਾਕ ਤੋਂ ਕੱਪੜਾ ਹਟਾਇਆ, ਅੱਲਾ ਦੀ ਕਸਮ ਇੰਜ ਲੱਗਦਾ ਜਿਵੇਂ ਚੌਦਵੀਂ ਰਾਤ ਦਾ ਚੰਨ ਚਮਕਦਾ ਏ ਪਿਆ। ਲਿਆ ਆਮੀਨਾ, ਦੇ ਦੇ ਮੈਨੂੰ ਇਹੋ ਹੀ ਕਬੂਲ, ਇਹੋ ਜਿਹਾ ਬੱਚਾ ਕਿਸਮਤਾਂ ਵਾਲਿਆਂ ਭਾਗਾਂ ਵਾਲਿਆਂ ਨੂੰ ਮੁਯੱਸਰ ਆਉਂਦਾ। ਐਂਜ ਬੀਬੀ ਆਮੀਨਾ ਦੇ ਸਾਹਮਣੇ ਬੀਬੀ ਹਲੀਮਾ ਖੜੀਆਂ ਨੇ ਤੇ ਮੇਰੇ ਆਕਾ ਅਲੈਹਿ ਸਲਾਮ ਨੂੰ ਵਸੂਲ ਫਰਮਾ ਰਹੀਆਂ ਨੇ। ਤੇ ਜਦੋਂ ਬੀਬੀ ਹਲੀਮਾ ਮੁਸਤਫਾ ਨੂੰ ਆਪਣੀ ਗੋਦ ਅੰਦਰ ਪਾ ਰਹੀ ਹੋਏਗੀ ਤੇ ਆਮੀਨਾ ਦੀਆਂ ਅੱਖਾਂ ਬਰਸ ਰਹੀਆਂ ਹੋਣਗੀਆਂ ਤੇ ਸਾਹਿਬ ਦਿਲ ਨੇ ਆਪਣੀ ਮੁਹੱਬਤ ਦਾ ਕੈਮਰਾ ਫਿੱਟ ਕੀਤਾ ਤੇ ਆਂਦਾ, ਜਦੋਂ ਸੋਨੇ ਨੂੰ ਲੈ ਕੇ ਹਲੀਮਾ ਟੁਰੀ, ਜਦੋਂ ਸੋਨੇ ਨੂੰ ਲੈ ਕੇ ਹਲੀਮਾ ਟੁਰੀ, ਦਿਲ ਤੇ ਹੱਥ ਰੱਖ ਕੇ ਮਾਂ ਆਮਿਨਾ ਆਖਦੀ ਏ, ਜਦੋਂ ਸੋਨੇ ਨੂੰ ਲੈ ਕੇ ਹਲੀਮਾ ਟੁਰੀ, ਦਿਲ ਤੇ ਹੱਥ ਰੱਖ ਕੇ ਮਾਂ ਆਮਿਨਾ ਆਖਦੀ ਏ, ਖੁਸ਼ ਨਸੀਬੇ ਤੂੰ ਲੈ ਜਾ ਮੇਰੇ
ਲਾਲ ਨੂੰ ਖੁਸ਼ ਨਸੀਬੇ ਤੂੰ ਲੈ ਜਾ ਮੇਰੇ ਲਾਲ ਨੂੰ ਪਲ ਦੀ ਪਲ ਹੋਰ ਮੈਨੂੰ ਖਿੜਾ ਲੈਣ ਦੇ ਖੁਸ਼ ਨਸੀਬੇ ਤੂੰ ਲੈ ਜਾ ਮੇਰੇ ਲਾਲ ਨੂੰ ਪਲ ਦੀ ਪਲ ਹੋਰ ਮੈਨੂੰ ਖਿੜਾ ਲੈਣ ਦੇ ਇਹਦੇ ਹਾਸੇ ਦਾ ਸਦਕਾ ਉਤਾਰਨ ਲਈ ਇਹਦੇ ਹਾਸੇ ਦਾ ਸਦਕਾ ਉਤਾਰਨ ਲਈ ਹਾਰ ਹੰਝੂਆਂ ਦੇ ਮੈਨੂੰ ਪਰੋ ਲੈਣ ਦੇ ਇਹਦੇ ਹਾਸੇ ਦਾ ਸਦਕਾ ਉਤਾਰਨ ਲਈ ਹਾਰ ਹੰਝੂਆਂ ਦੇ ਮੈਨੂੰ ਪਰੋ ਲੈਣ ਦੇ ਨੀ ਹਲੀਮਾ ਤੂੰ ਆਉਂਦੀ ਤੇ ਜਾਂਦੀ ਰਵੀ ਨੀ ਹਲੀਮਾ ਤੂੰ ਆਉਂਦੀ ਤੇ ਜਾਂਦੀ ਰਵੀ ਮੈਨੂੰ ਸੋਨੇ ਦਾ ਮੁਖੜਾ ਵਿਖਾਉਂਦੀ ਰਵੀ ਮੇਰੇ ਆਕਾ ਨੂੰ ਇੰਜ ਬੀਬੀ ਹਲੀਮਾ ਨੇ ਗੋਦ ਉਠਾਇਆ ਬਾਹਰ ਨਿਕਲੇ ਇੰਜ ਖੈਮੇ ਚੋਂ ਹਾਰਸ ਨਿਕਲ ਕੇ ਬਾਹਰ ਟਹਿਲਦਾ ਫਿਰਦਾ ਪਰੇਸ਼ਾਨੀ ਪਤਾ ਨਹੀਂ ਬੱਚਾ ਮਿਲਦਾ ਕਿ ਵੇਲੇ ਹੀ ਜਾਣਾ ਪੈਂਦਾ ਉਹ ਦੂਰੋਂ ਹੀ ਆਵਾਜ਼ ਦੇ ਕੇ ਪੁੱਛਦਾ ਹੋਏਗਾ ਹਲੀਮਾ ਸੁਣਾ ਕੁਝ ਲੱਭਾਈ ਹਲੀਮਾ ਦਾ ਚਿਹਰਾ ਖੁਸ਼ੀ ਨਾਲ ਚਮਕ ਰਿਹਾ ਸੀਨਾ ਤਾਨ ਕੇ ਕਹਿ ਰਹੀ ਹੈ ਵੇ ਸਿਰ ਦੇ ਅਸਾਈਆਂ ਤੂੰ ਪੁੱਛ ਕੁਝ ਲੱਭਿਆ ਕਿ ਨਹੀਂ ਕੁਝ ਨਹੀਂ ਰੱਬ ਨੇ ਸਭ ਕੁਝ ਹੀ ਦੇ ਦਿੱਤਾ ਕੁਝ ਨਹੀਂ ਸਭ ਕੁਝ ਹੀ ਲੱਭ ਗਿਆ ਮੇਰੇ ਪਾਕ ਪੈਗੰਬਰ ਅਲੀ ਹਲੀਮਾ ਫਰਮਾਦੀਆ ਨੇ ਮੈਂ ਹੈਰਾਨ ਰਹਿ ਗਈ ਹੈਰਾਨਗੀ ਦਾ ਆਲਮ ਇਹ ਵੇ ਕਿ ਮੇਰਾ ਆਪਣਾ ਬੱਚਾ ਅਬਦੁੱਲਾ ਉਹਦਾ ਨਾਮ ਸੀ ਜਿਹੜਾ ਨਬੀ ਅਲੈਹਿ ਸਲਾਮ ਦਾ ਰਜ਼ਾਈ ਭਾਈ ਸੀ ਸਾਰੀ ਰਾਤ ਭੁੱਖ ਨਾਲ ਰੋਂਦਾ ਰਹਿੰਦਾ ਸੀ ਖਾਣ ਨੂੰ ਸ਼ੈ ਕੋਈ ਨਹੀਂ ਸੀ ਲੱਭਦੀ ਮੇਰੀ ਛਾਤੀ 'ਚ ਦੁੱਧ ਨਹੀਂ ਸੀ ਆਉਂਦਾ ਡਾਚੀ ਅਸਰ ਰੱਖੀ ਸੀ ਦੁੱਧ ਵਾਸਤੇ ਉਹਨੂੰ ਕੁਛ ਸ਼ੈ ਖਾਣ ਨੂੰ ਲੱਭੇ ਤੇ ਦੁੱਧ ਦੇਵੇ ਆਂਦੀ ਇਹ ਸਾਰੀ ਰਾਤ ਮੇਰਾ ਬੱਚਾ ਬਿਲਕਦਾ ਰਹਿੰਦਾ ਸੀ ਅਜੀਬ ਗੱਲ ਏ ਮੈਂ ਮੁਹੰਮਦ ਨੂੰ ਲੈ ਕੇ ਆਈ ਹਾਂ ਅਤੇ ਮੇਰੀ ਛਾਤੀ ਦੁੱਧੋ ਦੁੱਧ ਹੋ ਗਈ ਹਾਰਸ ਕਹਿਣ ਲੱਗਾ ਮੈਂ ਪਤਾ ਕਰਾਂ ਕੋਈ ਡਾਚੀ ਉਹ ਥੋੜ੍ਹਾ ਬਹੁਤਾ ਦੁੱਧ ਦੇ ਦੇ ਹਾਰਸ ਆਉਂਦਾ ਮੈਂ ਜਾ ਕੇ ਡਾਚੀ ਦੇ ਥਣ ਵੇਖੇ ਅਤੇ ਥਣ ਦੁੱਧੋ ਦੁੱਧ ਹੋਏ ਪਿਆ ਅਤੇ ਆ ਕੇ ਕਹਿਣ ਲੱਗਾ ਹਲੀਮਾ ਇਹ ਕੋਈ ਹਸਤੀ ਆਮ ਨਹੀਂ ਇਹ ਕੋਈ ਆਮ ਹਸਤੀ ਨਹੀਂ ਕਿਸਮਤ ਜਾਗ ਪਈ ਏ ਲੈ ਕੇ ਟੁਰੇ ਨਾ ਨਬੀ ਅਲੈਹਿ ਸਲਾਮ ਨੂੰ ਜਿਹੜੀ ਸਵਾਰੀ ਕੋਲੋਂ ਅੱਗੇ ਚੱਜ ਨਾਲ ਟੁਰਿਆ ਨਹੀਂ ਸੀ ਜਾਂਦਾ ਹੁਣ ਉਹ ਸੰਭਾਲੀ ਨਹੀਂ ਜਾਂਦੀ ਅੱਗੇ ਟੁਰਦੀ ਨਹੀਂ ਸੀ ਹੁਣ ਰੁਕਦੀ ਨਹੀਂ ਅੱਗੇ ਟੁਰਨ ਦਾ ਵੱਲ ਭੁੱਲ ਗਈ ਸੀ ਹੁਣ ਖਲੋਣ ਦਾ ਵੱਲ ਭੁੱਲ ਗਈ ਏ ਹਲੀਮਾ ਸਾਦੀਆ ਦੋਵੇਂ ਜੀ ਜਾ ਰਹੇ ਨੇ ਅਤੇ ਜਿਹੜੀਆਂ ਪਹਿਲਾਂ ਟੁਰ ਗਈਆਂ ਸਨ ਉਹਨਾਂ ਨੂੰ ਕਰਾਸ ਕੀਤਾ ਅਤੇ ਵਹਿੰਦੀਆਂ ਹੀ ਰਹਿ ਗਈਆਂ ਵਹਿੰਦੀਆਂ ਹੀ ਰਹਿ ਗਈਆਂ ਸਿਆਣ ਕੇ ਆਉਂਦੀਆਂ ਨੇ ਜਾਪਦੀ ਤਾਂ ਹਲੀਮਾ ਹੀ ਹੈ ਜਾਪਦੀ ਤਾਂ ਹਲੀਮਾ ਹੀ ਹੈ
ਗਧੀ ਵੀ ਹਲੀਮਾਂ ਦੀ ਹੀ ਲੱਗਦੀ ਹੈ, ਡਾਚੀ ਵੀ ਹਲੀਮਾਂ ਦੀ ਹੀ ਹੈ। ਤੇ ਇਨਕਲਾਬ ਕਿਵੇਂ ਆ ਗਿਆ? ਦੋਰੋਂ ਆਵਾਜ਼ ਦੇ ਕੇ ਆਉਂਦੀਆਂ ਨੇ, ਨੀ ਹਲੀਮਾ ਤੂੰ ਹੀ ਹੈ, ਉਹਨੇ ਆਹੋ ਮੈਂ ਹੀ ਹਾਂ। ਬਈ ਸਵਾਰੀ ਬਦਲ ਲਈ ਆ? ਮੈਂ ਨਹੀਂ। ਕਿਹੜੀ ਸ਼ੈ ਲੱਭ ਗਈ ਆ? ਉਹਨਾਂ ਨੂੰ ਪਤਾ ਹੀ ਨਹੀਂ ਹਲੀਮਾ ਦੀ ਕਿਸਮਤ ਦਾ ਸਿਤਾਰਾ ਚਮਕ ਉੱਠਿਆ ਏ। ਤੇ ਦਾਈਆਂ ਹੁਣ ਬੁਲਾ ਬੁਲਾ ਕੇ ਆਵਾਜ਼ ਦੇ ਦੇ ਕੇ ਕਹਿ ਰਹੀਆਂ ਨੇ, ਕਿਉਂ ਇੰਨੀ ਤੇਜ਼ ਡਾਚੀ ਨੂੰ ਦੌੜਾਈ ਜਾਣੀ ਏ? ਨੀ ਹਲੀਮਾ ਕਿਉਂ ਇੰਨੀ ਤੇਜ਼ ਡਾਚੀ ਨੂੰ ਦੌੜਾਈ ਜਾਣੀ ਏ? ਕਿਹੜੀ ਦੁਨੀਆ ਦੀ ਦੌਲਤ ਕਮਾਈ ਜਾਣੀ ਏ? ਕਿਉਂ ਇੰਨੀ ਤੇਜ਼ ਡਾਚੀ ਨੂੰ ਦੌੜਾਈ ਜਾਣੀ ਏ? ਕਿਹੜੀ ਦੁਨੀਆ ਦੀ ਦੌਲਤ ਕਮਾਈ ਜਾਣੀ ਏ? ਸਾਨੂੰ ਦੱਸ ਨੀ ਹਲੀਮਾ ਇਹ ਕੀ ਸ਼ਾਨ ਲੱਭਿਆ, ਤੁਹਾਨੂੰ ਦੱਸ ਨੀ ਹਲੀਮਾ ਇਹ ਕੀ ਸ਼ਾਨ ਲੱਭਿਆ? ਤੇ ਹਲੀਮਾ ਕੀ ਆਉਂਦੀ ਹੈ? ਮੈਨੂੰ ਆਮਿਨਾ ਦੀ ਚੋਲੀ ਵਿੱਚੋਂ ਲਾਲ ਲੱਭਿਆ, ਮੈਨੂੰ ਆਮਿਨਾ ਦੀ ਚੋਲੀ ਵਿੱਚੋਂ ਲਾਲ ਲੱਭਿਆ, ਉਸ ਲਾਲ ਨੂੰ ਮੈਂ ਸੀਨੇ ਨਾਲ ਲਾਈ ਜਾਣੀ ਆ, ਤਾਈਓਂ ਤੇਜ਼ ਤੇਜ਼ ਡਾਚੀ ਨੂੰ ਦੌੜਾਈ ਜਾਣੀ ਆ। ਤੇ ਗੱਲ ਬੜੀ ਪਿਆਰੀ ਸੁਣ ਵਾਲੀ ਏ, ਨੀ ਜਿਹਨੂੰ ਛੱਡ ਦਿੱਤਾ ਤੁਸਾਂ ਨੇ ਯਤੀਮ ਜਾਣਗੇ, ਨੀ ਜਿਹਨੂੰ ਛੱਡ ਦਿੱਤਾ ਨੀ ਬਣੀ ਸਾਹਿਬ ਦੀ ਦਾਈਓ, ਜਿਹਨੂੰ ਛੱਡ ਦਿੱਤਾ ਤੁਸਾਂ ਨੇ ਯਤੀਮ ਜਾਣਗੇ, ਮੈਂ ਤੇ ਚੁੱਕ ਲਿਆ ਦਿਲਾਂ ਦਾ ਹਕੀਮ ਜਾਣਗੇ, ਜਿਹਨੂੰ ਛੱਡ ਦਿੱਤਾ ਤੁਸਾਂ ਨੇ ਯਤੀਮ ਜਾਣਗੇ, ਮੈਂ ਤੇ ਚੁੱਕ ਲਿਆ ਦਿਲਾਂ ਦਾ ਹਕੀਮ ਜਾਣਗੇ। ਹਾਦੀ ਜੱਗਾਂ ਦਾ ਸਵਾਰੀ ਤੇ ਬਿਠਾਈ ਜਾਣੀ ਆ, ਹਾਦੀ ਜੱਗਾਂ ਦਾ ਸਵਾਰੀ ਤੇ ਬਿਠਾਈ ਜਾਣੀ ਆ, ਤਾਈਓ ਤੇਜ਼ ਤੇਜ਼ ਡਾਚੀ ਨੂੰ ਦੌੜਾਈ ਜਾਣੀ ਆ। ਮੇਰੇ ਤੇ ਤੁਹਾਡੇ ਆਕਾ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਉਹ ਸਾਰਾ ਨਤੀਜਾ ਤਮਾਮ ਅੰਬਿਆ ਅਲੈਹਿਮ ਸਲਾਮ ਦੀਆਂ ਬਸ਼ਾਰਤਾਂ ਔਰ ਖਲੀਲੁੱਲਾਹ ਅਲੈਹਿ ਸਲਾਮ ਦੀਆਂ ਦੁਆਵਾਂ ਦਾ ਨਤੀਜਾ ਤੇ ਰਿਜ਼ਲਟ ਬਣ ਕੇ ਮੇਰੇ ਪਾਕ ਪੈਗੰਬਰ ਅਲੈਹਿ ਸਲਾਮ ਬੀਬੀ ਆਮਿਨਾ ਦੀ ਗੋਦ ਅੰਦਰ ਤਸ਼ਰੀਫ ਲਿਆਏ, ਔਰ ਅੱਲਾਹ ਜ਼ੁਲ ਜਲਾਲ ਵਲੀ ਕਰਾਮ ਨੇ ਫਿਰ ਰਹਿਮਤਾਂ ਤੇ ਬਰਕਤਾਂ ਦੀ ਬਹਾਰ ਪੈਦਾ ਫਰਮਾ ਦਿੱਤੀ। ਅੱਲਾਹ ਮੈਨੂੰ ਤੇ ਤੁਹਾਨੂੰ ਕਿਤਾਬ ਸੁਨਨਤ ਨੂੰ ਸਮਝ ਕੇ ਅਮਲ ਦੀ ਤੌਫੀਕ ਅਤਾ ਫਰਮਾਇਆ।